ਅੱਗੇ ਤਾਂ ਜਦੋਂ ਬਜ਼ੁਰਗ ਹੋ ਜਾਂਦੇ ਸੀ ਕਹਿੰਦੇ ਸੀ ਨਾ ਜੜਤਾ ਆ ਗਈ ਸਰੀਰ ਵਿੱਚ ਵੀ ਜਿਆਦਾ ਬੈਠਣ ਕਰਕੇ ਗੋਡੇ ਕਿਤੇ ਜੁੜ ਜਾਂਦੇ ਸੀ ਪਰ ਹੁਣ ਤਾਂ ਜਿਹੜੇ ਕੰਮਕਾਰ ਕਰ ਰਹੇ ਨੇ ਤੁਰ ਫਿਰ ਰਹੇ ਨੇ ਬੱਚੇ ਵੀ ਨੇ ਜਿਹੜੇ ਉਹ ਵੀ ਕਹਿੰਦੇ ਸਾਡੇ ਗੋਡੇ ਦੁਖਦੇ ਆ ਕੁੜੀਆਂ 16 17 ਸਾਲਾਂ ਦੀ ਉਮਰ ਦੇ ਵਿੱਚ ਕਹਿੰਦੇ ਸਾਡੀ ਪਿੱਠ ਦੁਖਦੀ ਆ ਆਪਾਂ ਇੱਕ ਗਰੀਸ ਦੀ ਗੱਲ ਕਹਿੰਦੇ ਕਰਦੇ ਵੀ ਗਰੀਸ ਖਤਮ ਹੋ ਗਈ ਗੋਡਿਆਂ ਚ ਮੈਂ ਕਿਹਾ ਵੀ ਗਰੀਸ ਤਾਂ ਆਪਾਂ ਟਰੱਕਾਂ ਦੇ ਵਿੱਚ ਜਾਂ ਗੱਡੀਆਂਕਾਰਾਂ ਨੂੰ ਦਿੰਦੇ ਆ ਵੀ ਇਹ ਗਰੀਸ ਕਿਹੜੀ ਹੋਈ ਜਿਹੜੀ ਸਾਡੀ ਸਾਨੂੰ ਵੀ ਚਾਹੀਦੀ ਸਾਡੇ ਗੋਡਿਆਂ ਨੂੰ ਵੀ ਚਾਹੀਦੀ ਆ ਗੱਲ ਛੋਟੀ ਜੀ ਹੈ ਜੀ ਇਹਨੂੰ ਬਹੁਤ ਵੱਡੀ ਬਣਾ ਦਿੱਤਾ ਗਿਆ ਸਾਡੇ ਜਿਹੜੇ ਡਾਕਟਰ ਹੈ ਜਿਹੜੇ ਸਾਡੀ ਇੱਕ ਬਹੁਤ ਵੱਡੇ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜੀ ਜਦੋਂ ਤੱਕ ਸਾਡੇ ਘਰਾਂ ਦੇ ਵਿੱਚ ਹਾਰੇ ਸੀਗੇ ਜਦੋਂ ਤੱਕ ਸਾਡੇ ਭੂਕਣੇ ਵਾਲਾ ਚੁੱਲ੍ਹਾ ਸੀ ਹਾਂਜੀ ਹੂਕ ਮਾਰਨਾ ਔਰ ਜਦੋਂ ਤੱਕ ਅਸੀਂ ਮੱਕੀ ਦੀ ਰੋਟੀ ਨਾਲ ਸਾਗ ਖਾਂਦੇ ਰਹੇ ਜਦੋਂ ਤੱਕ ਅਸੀਂ ਰੋਟੀ ਦੇ ਨਾਲ ਲੱਸੀ ਪੀਂਦੇ ਰਹੇ ਉਦੋਂ ਤੱਕ ਇੱਕ ਵੀ ਮਲਟੀ ਸਪੈਸ਼ਲਿਟੀ ਹਸਪੀਟਲ ਨਹੀਂ ਹੁੰਦਾ ਸੀ ਜਦੋਂ 1990 ਤੋਂ ਬਾਅਦ ਇਹ ਹਵਾ ਚੱਲੀ ਕਿ ਸਾਡੇ ਮੱਝਾਂ ਨੂੰ ਟੀਕੇ ਲਾ ਕੇ ਦੁੱਧ ਚੋਣਾ ਸ਼ੁਰੂ ਹੋ ਗਿਆ। ਫਿਰ ਸਾਡੇ ਦੇਸ਼ ਦੇ ਵਿੱਚ ਸਿੰਥੈਟਿਕ ਮਿਲਕ ਆ ਗਿਆ। ਮੈਂ ਐਵੇਂ ਬੈਠੇ ਬੈਠੇ ਇੱਕ ਦਿਨ ਗੱਲ ਕੀਤੀ ਮਖਾ ਡਾਕਟਰ ਸਾਹਿਬ ਆਪਾਂ ਇਸ ਇੱਕ ਚੀਜ਼ ਤੇ ਕੰਮ ਨਹੀਂ ਕਰ ਰਹੇ ਵੀ ਲੋਕਾਂ ਦੇ ਗੋਡਿਆਂ 'ਚ ਗ੍ਰੀਸ-ਗ੍ਰੀਸ ਕੀ ਵਰਡ ਆ ਗਿਆ ਕੀ ਹੈਗਾ? ਕੋਈ ਤੁਸੀਂ ਕਹੋਗੇ ਕਾਲਾ ਗੂੰਦ ਇਹਦਾ ਨਾਮ ਵੀ ਅਸੀਂ ਕਾਲਾ ਗੂੰਦ ਕੈਪਸੂਲ ਸਿੱਧਾ ਹੀ ਰੱਖਿਆ। ਕਾਲਾ ਗੂੰਦ ਕੈਪਸੂਲ ਤੇ ਬੈਦਵਾਨੇ ਦੇ ਅੱਗੇ ਤਾਂ ਲਿਖਦਾ ਵੀ ਬੈਦਵਾਨ ਜਾਂਦ ਬੰਦਾ ਪੜਦਾ ਤਾਂ ਸਮਝੋ ਅਸਲੀ ਹੈ। ਬਾਕੀ ਹੋਰ ਕੋਈ ਲਿਖਿਆ ਸਾਨੂੰ ਨਹੀਂ ਪਤਾ ਸਿਆਣੇ ਕਹਿੰਦੇ ਨੇ ਕੀਤਾ ਪਰਦੇ ਚ ਹੋਵੇ ਉਹੀ ਦਾਨ ਲੱਗਦਾ ਹੈ ਚੰਗੀ ਸਿਹਤ ਨਾਲ ਹੀ ਚੰਗਾ ਇਹ ਜਹਾਨ ਲੱਗਦਾ ਹੈ ਮੈਂ ਅਮਨੁਰੀ ਦੁਆ ਕਰਦੀ ਆ ਦੁਨੀਆ ਚ ਹਰ ਥਾਂ ਜੀਵਨ ਜੀ ਰਹੇ ਰੱਬੀ ਜੀਆਂ ਲਈ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਦੇਵੇ ਲੰਬੀ ਉਮਰਾਂ ਬਖਸ਼ੇ ਕਾਮਯਾਬੀਆਂ ਬਖਸ਼ੇ ਤੇ ਗੱਲ ਕਰਦੇ ਆ ਚੰਗੀ ਸਿਹਤ ਸੰਭਾਲ ਲਈ ਵਰਦਾਨ ਆਯੁਰਵੇਦਾ ਦੇ ਐਮ ਡੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸੁਭਾਸ਼ ਗੋਇਲ ਜੀ ਨਾਲ ਜੀ ਨਮਸਕਾਰ ਜੀ ਨਮਸਕਾਰ ਮੈਡਮ ਸਵਾਗਤ ਹੈ ਤੁਹਾਡਾ ਵੀ ਅੱਜ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਥੈਂਕ ਯੂ ਜੀ ਜਿਹੜੀਆਂ ਲੇਡੀਆਂ ਨੇ ਜਾਂ ਬੱਚੇ ਵੀ ਨੇ ਅੱਜ ਕੱਲ ਦੇ ਨਾ ਅੱਗੇ ਤਾਂ ਜਦੋਂ ਬਜ਼ੁਰਗ ਹੋ ਜਾਂਦੇ ਸੀ ਕਹਿੰਦੇ ਸੀ ਨਾ ਜੜਤਾ ਆ ਗਈ ਸਰੀਰ ਵਿੱਚ ਵੀ ਜਿਆਦਾ ਬੈਠਣ ਕਰਕੇ ਗੋਡੇ ਕਿਤੇ ਜੁੜ ਜਾਂਦੇ ਸੀ ਪਰ ਹੁਣ ਤਾਂ ਜਿਹੜੇ ਕੰਮਕਾਰ ਕਰ ਰਹੇ ਨੇ ਤੁਰ ਫਿਰ ਰਹੇ ਨੇ ਬੱਚੇ ਵੀ ਨੇ ਜਿਹੜੇ ਉਹ ਵੀ ਕਹਿੰਦੇ ਸਾਡੇ ਗੋਡੇ ਦੁਖਦੇ ਆ ਕੁੜੀਆਂ 16 17 ਸਾਲਾਂ ਦੀ ਉਮਰ ਦੇ ਵਿੱਚ ਕਹਿੰਦੇ ਸਾਡੀ ਪਿੱਠ ਦੁਖਦੀ ਆ ਤੇ ਇਹ ਸਮੱਸਿਆਵਾਂ ਜਿਹੜੀਆਂ ਨੇ ਆਮ ਲੋਕਾਂ ਦੇ ਵਿੱਚ ਹੁਣ ਹੋ ਰਹੀਆਂ ਨੇ ਕੋਈ ਕਹਿੰਦਾ ਮੇਰੇ ਗੋਡੇ ਦੇ ਜੋੜ ਖੁੱਲ ਗਿਆ ਗੋਡੇ ਜੁੜ ਗਏ ਨੇ ਗਿੱਟੇ ਜੁੜ ਗਏ ਨੇ ਆਪਾਂ ਇੱਕ ਗਰੀਸ ਦੀ ਗੱਲ ਕਹਿੰਦੇ ਕਰ ਦਿੰਦੇ ਵੀ ਗਰੀਸ ਖਤਮ ਹੋ ਗਈ ਗੋਡਿਆਂ ਚ ਮੈਂ ਕਿਹਾ ਵੀ ਗਰੀਸ ਤਾਂ ਆਪਾਂ ਟ੍ਰੱਕਾਂ ਦੇ ਵਿੱਚ ਜਾਂ ਗੱਡੀਆਂਕਾਰਾਂ ਨੂੰ ਦਿੰਨੇ ਆ ਵੀ ਇਹ ਗ੍ਰੀਸ ਕਿਹੜੀ ਹੋਈ ਜਿਹੜੀ ਸਾਡੀ ਸਾਨੂੰ ਵੀ ਚਾਹੀਦੀ ਸਾਡੇ ਗੋਡਿਆਂ ਨੂੰ ਵੀ ਚਾਹੀਦੀ ਆ ਤੁਹਾਡਾ ਵੀ ਸਵਾਲ ਠੀਕ ਹੈ ਗ੍ਰੀਸ ਜਿਹੜਾ ਵਰਲਡ ਹੈ ਨਾ ਹਾਂਜੀ ਇਹ ਆਇਆ ਵੀ ਗ੍ਰੀਸ ਵੱਲੋਂ ਹੀ ਹੈ ਅੱਛਾ ਜੀ ਇਹ ਸਾਡੇ ਇੰਡੀਆ ਦਾ ਵਰਲਡ ਨਹੀਂ ਹੈਗਾ ਸਾਡੇ ਭਾਰਤ ਦਾ ਸਾਡੇ ਦੇਸ਼ ਦੀ ਸੰਸਕ੍ਰਿਤੀ ਦਾ ਵਰਲਡ ਨਹੀਂ ਹੈਗਾ ਜੀ ਇਹ ਗੱਲ ਛੋਟੀ ਜੀ ਹੈ ਜੀ ਇਹਨੂੰ ਬਹੁਤ ਵੱਡੀ ਬਣਾ ਦਿੱਤਾ ਗਿਆ ਜਿੱਦਾਂ ਇੱਕ ਕੈਂਸਰ ਦਾ ਵਰਲਡ ਹੈ ਜੀ ਜੀ ਜੇ ਕਿਸੇ ਨੂੰ ਕਿਹਾ ਜਾਂਦਾ ਕਿ ਇਹਨੂੰ ਕੈਂਸਰ ਹੋ ਗਿਆ ਬੂਡ ਪਾਈਪ ਦਾ ਕੈਂਸਰ ਹੈ ਕੁਛ ਵੀ ਉਹ ਇੱਕ ਫੋੜਾ ਹੋ ਗਿਆ ਇਨਸਾਈਡ ਤੇ ਉਹ ਇੱਕ ਵਾਇਰਸ ਹੈ ਹਾਂਜੀ ਉਹਦਾ ਇੱਕ ਐਡਾ ਵੱਡਾ ਹੋਊਗਾ ਬਣ ਜਾਂਦਾ ਕਿ ਪੇਸ਼ੈਂਟ ਅੱਧਾ ਤਾਂ ਉਸੇ ਟਾਈਮ ਡੈਥ ਬੈੱਡ ਤੇ ਆ ਜਾਂਦਾ ਹੈ ਹਾਂਜੀ ਹਾਂਜੀ ਪਤਾ ਨਹੀਂ ਹੁਣ ਮੇਰਾ ਕੀ ਬਣੂਗਾ ਉਹ ਉਹਦੀ ਜਿਹੜੀ ਅੰਦਰਲੀ ਬਿਲਪਾਰ ਉਹੀ ਖਤਮ ਕਰ ਦਿੰਦੇ ਆ ਹੁਣ ਹੋਇਆ ਕੀ ਹੈ ਕਿ ਜਦੋਂ ਮੰਨ ਲਓ ਚਾਰ ਲੇਡੀਆਂ ਤੁਸੀਂ ਵੀ ਅਕਸਰ ਦੇਖਿਆ ਹੋਊਗਾ ਤੁਸੀਂ ਹਰ ਵਕਤ ਸ਼ੂਟ ਕਰਦੇ ਹੋ ਸਟੂਡੀਓ ਚ ਵੀ ਆ ਜਿਆਦਾ ਫਿਲਮਾਂ ਤੁਸੀਂ ਬਣਾਈਆਂ ਨੇ ਔਰ ਤੁਸੀਂ ਮਤਲਬ ਹਰ ਤਰ੍ਹਾਂ ਦੇ ਸੀਨ ਵੀ ਦੇਖੇ ਰਹੇ ਹੁੰਦੇ ਤੁਹਾਡੇ ਤੋਂ ਮਤਲਬ ਯੰਗ ਬੱਚੇ ਵੀ ਤੁਹਾਡੇ ਤੋਂ ਵੱਡੀ ਉਮਰ ਦੇ ਲੋਕ ਵੀ ਤੁਹਾਡੇ ਨਾਲ ਸਾਰਿਆਂ ਨੇ ਕੰਮ ਕੀਤਾ ਹੋਇਆ ਅੱਜ ਮੈਨੂੰ ਵੀ ਮੌਕਾ ਮਿਲ ਰਿਹਾ ਮੈਂ ਬੜਾ ਖੁਸ਼ ਹਾਂ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਮੇਰੇ ਸ਼ੋਅ ਚ ਆਏ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਔਰ ਤੁਹਾਡੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਤੁਹਾਡੇ ਫੈਨ ਫੋਲੋਇੰਗ ਹੈ ਜਿੰਨੇ ਤੁਹਾਡੇ ਫੈਨ ਹੈ ਉਹ ਅੱਜ ਮੇਰੀ ਜਿੰਨੀ ਫੈਨ ਫਾਲੋਇੰਗ ਉਹਦੇ ਨਾਲ ਜੁੜ ਕੇ ਇੱਕ ਬਹੁਤ ਵੱਡਾ ਪਰਿਵਾਰ ਬਣ ਜਾਣਾ ਪਰ ਇੱਕ ਚੀਜ਼ ਹੈ ਜਿਹੜੀ ਗਰੀਸ ਵਾਲੀ ਗੱਲ ਹੈ ਜੀ ਜੀ ਇਹ ਹੋਇਆ ਕਿ ਕਿ ਜਦੋਂ ਨਾ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਜੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਉਹਨਾਂ ਦਾ ਵੀ ਆਪਣਾ ਇੱਕ ਰੋਲ ਹੈ ਸਾਡੀ ਜ਼ਿੰਦਗੀ 'ਚ ਵੀ ਹੈ ਔਰ ਉਹਨਾਂ ਨੇ ਕੀ ਕਰਿਆ ਸਾਡੇ ਜਿਹੜੇ ਡਾਕਟਰ ਹੈ ਜਿਹੜੀ ਸਾਡੀ ਇੱਕ ਬਹੁਤ ਵੱਡੇ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜੀ ਜਦੋਂ ਤੱਕ ਸਾਡੇ ਘਰਾਂ ਦੇ ਵਿੱਚ ਹਾਰੇ ਸੀਗੇ ਹਾਂਜੀ ਹਾਂਜੀ ਹਾੜੇ ਦਾ ਦੁੱਧ ਪੀਂਦੇ ਸੀ ਆਪਾਂ ਕਾੜ ਨਹੀਂ ਦਾ ਕਾੜ ਕੇ ਹਾਂਜੀ ਜਦੋਂ ਤੱਕ ਸਾਡੇ ਭੂਕਣੇ ਵਾਲਾ ਚੁੱਲ੍ਹਾ ਸੀ ਹਾਂਜੀ ਭੂਕ ਮਾਰ ਨਾਲ ਹਾਂਜੀ ਹਾਂਜੀ ਔਰ ਜਦੋਂ ਤੱਕ ਅਸੀਂ ਮੱਕੀ ਦੀ ਰੋਟੀ ਨਾਲ ਸਾਗ ਖਾਂਦੇ ਰਹੇ ਜੀ ਜਦੋਂ ਤੱਕ ਅਸੀਂ ਰੋਟੀ ਦੇ ਨਾਲ ਲੱਸੀ ਪੀਂਦੇ ਰਹੇ ਉਦੋਂ ਤੱਕ ਮੈਡਮ ਤੁਸੀਂ ਯਕੀਨ ਮੰਨੋ ਤੁਸੀਂ ਵੀ ਜਾਣਦੇ ਹੋਣੇ ਆ ਆਪਣੇ ਪੰਜਾਬ ਦੇ ਵਿੱਚ ਕਿ ਉਦੋਂ ਤੱਕ ਇੱਕ ਵੀ ਮਲਟੀ ਸਪੈਸ਼ਲਿਟੀ ਹਸਪੀਟਲ ਨਹੀਂ ਹੁੰਦਾ ਸੀਗਾ ਸਹੀ ਗੱਲ ਹੈ ਜੀ ਨਹੀਂ ਹੁੰਦਾ ਸੀ ਇਹ ਹਵਾ ਚੱਲੀ 1990 ਤੋਂ ਬਾਅਦ ਅੱਛਾ ਜੀ ਜਦੋਂ 1990 ਤੋਂ ਬਾਅਦ ਇਹ ਹਵਾ ਚੱਲੀ ਕਿ ਸਾਡੇ ਮੱਜਾਂ ਨੂੰ ਟੀਕੇ ਲਾ ਕੇ ਦੁੱਧ ਚੋਣਾ ਸ਼ੁਰੂ ਹੋ ਗਿਆ ਜੀ ਜੀ ਫਿਰ ਸਾਡੇ ਦੇਸ਼ ਦੇ ਵਿੱਚ ਸਿੰਥੈਟਿਕ ਮਿਲਕ ਆ ਗਿਆ ਹਾਂਜੀ ਫਿਰ ਸਾਡੇ ਦੇਸ਼ ਦੇ ਵਿੱਚ ਸਿੰਥੈਟਿਕ ਨਸ਼ੇ ਆ ਗਏ ਹਾਂਜੀ ਫਿਰ ਸਾਡੇ ਜਿਹੜੀ ਜਿਹੜਾ ਸਾਡਾ ਫਸਲਾਂ ਨੇ ਉਹਦੇ ਵਿੱਚ ਪੈਸਟੀਸਾਈਡ ਸਟਾਰਟ ਹੋ ਗਿਆ ਜੀ ਜੀ ਫਿਰ ਸਾਡੇ ਜਿਹੜੇ ਕੱਦੂ ਨੇ ਇੰਨੇ ਇੰਨੇ ਕਿ ਹੁੰਦੇ ਸੀ ਰਾਤੋ ਰਾਤ ਐਡੇ ਐਡੇ ਹੋਣ ਲੱਗ ਗਏ ਹਾਂਜੀ ਉਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਖਾਣ ਲੱਗ ਗਏ ਅੱਛਾ ਮਜਬੂਰੀਆਂ ਨੇ ਖਾਣੀ ਪੈਂਦੀ ਹੈ ਖਾਣਾ ਤੇ ਪਏਗਾ ਕੁਝ ਮਿਲਦਾ ਨਹੀਂ ਸਾਡੇ ਦੇਸ਼ ਦੀ 80% ਮਤਲਬ ਉਸ ਟਾਈਮ ਦੀ ਗੱਲ ਕਰਦਾ ਉਸ ਟਾਈਮ ਸਾਡੇ ਦੇਸ਼ ਦੀ 30% ਜਨਤਾ ਜਿਹੜੀ ਸੀ ਉਹ ਖਾਣਾ ਢਾਬਿਆਂ ਦੇ ਖਾਂਦੀ ਸੀ ਹਾਂਜੀ ਹਾਂਜੀ ਅੱਜ ਸਾਡੇ ਦੇਸ਼ ਦੀ 80% ਜਨਤਾ ਢਾਬਿਆਂ ਤੇ ਖਾਂਦੀ ਹੈ ਹਾਂਜੀ ਹਾਂਜੀ ਘਰਾਂ 'ਚ ਵੀ ਖਾਣਾ ਬਾਹਰੋਂ ਆਂਦਾ ਆਰਡਰ ਕਰਦੇ ਆਰਡਰ ਆਉਂਦਾ ਬਿਲਕੁਲ ਠੀਕ ਹੋ ਗਈ ਔਰ ਜਦੋਂ ਤੱਕ ਮੈਡਮ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਊਗੀ ਜਦੋਂ ਤੱਕ ਜੀ ਲੋਕੀ ਬਾਹਰ ਜਾਂਦੇ ਸੀ ਮਾਰਨਿੰਗ ਚ ਉੱਠ ਕੇ ਟਾਇਲਟ ਵਾਸਤੇ ਹਾਂਜੀ ਹਾਂਜੀ ਖੇਤਾਂ 'ਚ ਜਾਂਦੇ ਸੀ ਪੈਰਾਂ ਭਾਰ ਬੈਠਦੇ ਸੀ ਹੈਨਾ ਤੇ ਉਦੋਂ ਤੱਕ ਤੁਸੀਂ ਦੇਖੋ ਵੀ ਕਿਸੇ ਦੇ ਗੋਡਿਆਂ ਦੀ ਗਰੀਸ ਤਾਂ ਮੁੱਕੀ ਨਹੀਂ ਉਦੋਂ ਤੱਕ ਕੋਈ ਆਪਰੇਸ਼ਨ ਥੀਏਟਰ ਨਹੀਂ ਬਣੇ ਵੀ ਗੋਡਿਆਂ ਦੇ ਆਪਰੇਸ਼ਨ ਹੋ ਰਹੇ ਨੇ ਸਹੀ ਗੱਲ ਬਿਲਕੁਲ ਨਹੀਂ ਨਾ ਹੋਏ ਹਾਂਜੀ ਹਾਂਜੀ ਤਾਂ ਇਹ ਕੀ ਹੋਇਆ ਕਿ ਜਦੋਂ ਇਹ ਚੀਜ਼ਾਂ ਚੱਲ ਪਈਆਂ ਤਾਂ ਸਾਡੀ ਬਾਡੀ ਦੀ ਇੱਕ ਇੱਕ ਕਪੈਸਿਟੀ ਹੈ ਹਾਂਜੀ ਸਾਡੀ ਬਾਡੀ ਦੀ ਇੱਕ ਕਪੈਸਿਟੀ ਹੈ ਕਿ ਇਹਨੂੰ ਜੇ ਕੋਈ ਬੈਡ ਹੈਬਿਟ ਵੀ ਅਸੀਂ ਲਗਾ ਦਈਏ ਤਾਂ ਉਹ 10 ਤੋਂ 12 ਸਾਲ ਤੱਕ ਉਹਨੂੰ ਬਰਦਾਸ਼ਤ ਕਰਦੀ ਆ 10 12 ਸਾਲ ਬਾਅਦ ਉਹ ਤੇ ਰਿਐਕਟ ਦਿਖਾਉਂਦੀ ਆ ਉਹ ਅੱਛਾ ਜੀ ਹੁਣ ਉਹ 1990 90 ਤੋਂ ਬਾਅਦ ਸਨ 2000 ਜੀ ਜੀ ਸਨ 2000 2002 ਦੇ ਵਿੱਚ ਆ ਕੇ ਹਾਂਜੀ ਆਪਰੇਸ਼ਨ ਸ਼ੁਰੂ ਹੋ ਗਏ ਸ਼ੁਰੂ ਹੋਏ ਨਹੀਂ ਹਾਂਜੀ ਹੋ ਗਏ ਨਾ ਜੀ ਬਿਲਕੁਲ ਆਪਰੇਸ਼ਨ ਸ਼ੁਰੂ ਹੋਣ ਦਾ ਕੀ ਮਤਲਬ ਸੀਗਾ ਕਿ ਮਲਟੀ ਸਪੈਸ਼ਲਿਟੀ ਕੰਪਨੀਆ ਮਲਟੀ ਸਪੈਸ਼ੈਲਿਟੀ ਹਸਪੀਟਲ ਦੇ ਜਿਹੜੇ ਟੀਮਾਂ ਸੀਗੀਆਂ ਉਹਨਾਂ ਨੇ ਇੱਕ ਪਲਾਨ ਤਿਆਰ ਕਰ ਲਿਆ ਵੀ ਇਹ ਕੰਮ ਕਰਨੇ ਨੇ ਬਈ ਹਾਂਜੀ ਅੱਛਾ ਹੁਣ ਅੱਜ ਦੀ ਡੇਟ 'ਚ ਵੀ ਤੁਸੀਂ ਲਗਾ ਲਓ ਅੱਜ ਲੜਕੀਆਂ ਦਾ ਲਗਾ ਲਓ ਕਿ ਬੱਚਾ ਹੋ ਸਕਦਾ ਹੈ ਨਾਰਮਲ ਡਿਲੀਵਰੀ ਹੋ ਸਕਦੀ ਹੈ ਜੀ ਜੀ ਉਹ ਲੜਕੀਆਂ ਖੁਦ ਕਹਿ ਰਹੀਆਂ ਨੇ ਡਾਕਟਰ ਨੂੰ ਕਿ ਮੈਡਮ ਆਪਰੇਸ਼ਨ ਕਰ ਦਿਓ ਸਾਡੇ ਕੋਲੋਂ ਨਹੀਂ ਬਰਦਾਸ਼ਟ ਹੋਣਾ ਹਾਂਜੀ ਹਾਂਜੀ ਹੋ ਰਿਹਾ ਨੇ ਕੰਮ ਤੇ ਕੁਝ ਲੋਕ ਖੁਦ ਵੀ ਆਪਰੇਸ਼ਨ ਵੱਲ ਜਾ ਰਹੇ ਨੇ ਮਾੜਾ ਜਿਹਾ ਗੋਡਾ ਕੀ ਦੁਖਿਆ ਆਪਰੇਸ਼ਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਅਗਰ ਗੋਡੇ ਦਾ ਆਪਰੇਸ਼ਨ ਕਰਿਆ ਤਾਂ 4-5 ਸਾਲ ਨੂੰ ਹਿਪ ਜੋਇੰਟ ਤਿਆਰ ਹੋ ਜਾਣਾ ਬਿਲਕੁਲ ਹਾਂਜੀ ਹਾਂਜੀ ਸਹੀ ਹੈ ਸੈਟਿੰਗ ਜਿਹੜੀ ਰੱਬ ਨੇ ਬਣਾ ਦਿੱਤੀ ਸੈਟਿੰਗ ਉਹਨੇ ਨਾ ਕੋਈ ਕਿਲ ਲਾਈ ਨਾ ਕੋਈ ਫੈਬੀਕ ਹੋ ਲਾਇਆ ਨਾ ਕੋਈ ਕਬਜਾ ਲਾਇਆ ਉਹਨੇ ਗੋਡਾ ਐਸਾ ਬਣਾਇਆ ਜਿੱਦਾ ਮਰਜ਼ੀ ਭੁਜਾਈ ਜੋ ਡੇਡੇ ਉੱਚੀ ਛਾਲਾਂ ਮਾਰਦੇ ਲੋਕ ਤਾਂ ਇਹਨੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਹੀ ਗੱਲ ਹੈ ਨਾ ਤੁਸੀਂ ਬੰਦੇ ਦਾ ਬਣਾਇਆ ਆ ਬੈਂਚ ਬਿਆ ਇਹਨੂੰ ਚੱਕ ਕੇ ਇੱਕ ਵਾਰ ਥੱਲੇ ਮਾਰੋ ਸਾਰਾ ਖਿੰਡ ਜੂ ਹਾਂਜੀ ਕਿੰਨੀ ਮਜ਼ਬੂਤੀ ਨਾਲ ਬਣਿਆ ਤਾਂ ਇਸ ਕਰਕੇ ਜਿਹੜੀ ਜਿਹੜੀ ਗੋਡਿਆਂ ਦੀ ਗੱਲ ਹੈ ਨਾ ਗਰੀਸ ਦੀ ਗੱਲ ਆਈ ਆ ਇਹ ਆਈ ਆ ਕਿ ਲੋਕਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਦਾ ਵਰਲਡ ਦਿੱਤਾ ਹੈ ਕਿ ਚਾਰ ਲੇਡੀਜ਼ ਬੈਠੀਆਂ ਨੇ ਕਿਤੇ ਹਾਂਜੀ ਪੜੀਆਂ ਲਿਖੀਆਂ ਹੋਣ ਚਾਹੇ ਨਾ ਪੜੀਆਂ ਲਿਖੀਆਂ ਹੋਣ ਉਹ ਜਦੋਂ ਇੱਕ ਉਹਨਾਂ ਦੇ ਵਿੱਚੋਂ ਬੈਠੀ ਬੈਠੀ ਗੱਲਾਂ ਕਰਦੀ ਕਰਦੀ ਐ ਲੱਗ ਜਾਂਦੀ ਆ ਕਰਨ ਜਾਇ ਕਰਨੀ ਦੇ ਗੋਡਿਆਂ ਨੇ ਲੈ ਲਈ ਹਾਂਜੀ ਤਿੰਨ ਜਾਨੀਆਂ ਜਦੇ ਬੋਲ ਪੈਂਦੀਆਂ ਨੇ ਤੇਰੀ ਤਾਂ ਗਰੀਸ ਉੱਕ ਗਈ ਹਾਂਜੀ ਸਹੀ ਗੱਲ ਉਹਨਾਂ ਨੇ ਤਾਂ ਲੈ ਲਈ ਚੁਟਕੀ ਗਰੀਸ ਮੁੱਕ ਗਈ ਸਹੀ ਉਹਨਾਂ ਨੇ ਤਾਂ ਮਜ਼ਾਕ ਕਰਤਾ ਉਹ ਉਸ ਟਾਈਮ ਉਹ ਵੀ ਕਹਿੰਦੀ ਲਾ ਗਰੀਸ ਮੁੱਕੇ ਮੇਰੇ ਦੁਸ਼ਮਣਾਂ ਦੀ ਮੇਰੀ ਗਰੀਸ ਨੂੰ ਕਿਹਾ ਫਿਰ ਤਕੜੀ ਹੋ ਗਈ ਤੁਰ ਪੈਂਦੀ ਆ ਘਰ ਜਾ ਕੇ ਸੋਚਦੀ ਕੱਲੀ ਬੈਠ ਕੇ ਵੀ ਗੱਲ ਤਾਂ ਸਹੀ ਉਹ ਕਹਿੰਦੀਆਂ ਲੱਗਦੀਆਂ ਨੇ ਹਾਂਜੀ ਹਾਂਜੀ ਵੀ ਮੇਰੀ ਤਾਂ ਸੱਚੀਓ ਗਰੀਸ ਮੁੱਕ ਗਈ ਉਹ ਐਸਾ ਸੌਖਾ ਵਰਲਡ ਦਿਮਾਗ 'ਚ ਪਾਤਾ ਅੱਛਾ ਉਹ ਜਦੋਂ ਇੱਕ ਜਗ੍ਹਾ ਤੋਂ ਗਰੀਸ ਵਰਡ ਉਹਦੇ ਦਿਮਾਗ 'ਚ ਪੈ ਗਿਆ ਫਿਰ ਉਹ ਦੂਜੀ ਜਗ੍ਹਾ ਉਹ ਬੱਚੇ ਨਾਲ ਗੱਲ ਕਰਦੀ ਆ ਘਰੇ ਆਪਦੇ ਨਾਲ ਮੁੰਡੇ ਨਾਲ ਹੌਲੀ-ਹੌਲੀ ਜਾਂ ਘਰ ਵਾਲੇ ਨਾਲ ਉਹ ਵੀ ਕਹਿੰਦਾ ਵੀ ਅੱਜ ਕੱਲ ਬੜੀ ਇਹ ਗਰੀਸ ਬੁੱਕ ਰਹੀ ਆ ਲੋਕਾਂ ਦੀ ਕਿਤੇ ਹੋਰ ਨਾ ਤੂੰ ਵੀ ਜੱਬ ਛੇੜਦੀ ਆਏ ਗੱਲਾਂ ਕਰਦੇ 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 ਉਹ ਗੱਲ ਕੀ ਹੁੰਦੀ ਆ ਫਿਰ ਉਹ ਹੌਲੀ-ਹੌਲੀ ਉਹ ਫਿਰ ਡੁਸਕਣ ਲੱਗ ਜਾਂਦੀ ਆ ਵੀ ਮੈਨੂੰ ਤੁਸੀਂ ਦਿਖਾਉਂਦੇ ਨਹੀਂ ਕਿਤੇ ਹਾਂਜੀ ਉਹ ਫਿਰ ਡਾਕਟਰ ਕੋਲ ਚਲੇ ਜਾਂਦੇ ਆ ਹਾਂਜੀ ਡਾਕਟਰ ਗੁਲਜਾਂਦੀ ਉਹ ਡਾਕਟਰ ਪੈਨੇ ਉਹ ਮਲਟੀ ਸਪੈਸ਼ਲਿਸਟ ਹਸਪੀਟਲ ਦਾ ਪੱਕਾ ਕੀਤਾ ਹੁੰਦਾ ਵੀ ਜਿਹੜਾ ਗੋਡਿਆਂ ਵਾਲਾ ਆਊਗਾ ਤੇ ਸਾਡੇ ਕੋਲੇ ਭੇਜਣਾ ਤੈਨੂੰ ਅਸੀਂ ਦਵਾਂਗੇ ਕੁਛ ਨਾ ਕੁਝ ਸਹੀ ਗੱਲ ਹੈ ਹਾਂਜੀ ਚਲੋ ਤਾਂ ਉਹਨੇ ਜਾਂਦੇ ਹੀ ਦੇਖ ਲੈਣਾ ਵੀ ਹੁਣ ਠੀਕ ਆ ਵੀ ਉਹਨੇ ਵਾਲੇ ਹੱਥ ਵੀ ਨਹੀਂ ਲਾਇਆ ਕੋਈ ਐਕਸ-ਰੇ ਨਹੀਂ ਕੀਤਾ ਕਰਾਇਆ ਬਸ ਸਿੱਧਾ ਉਹਨੇ ਵੀ ਕਹਿਤਾ ਐ ਲੱਗਦਾ ਹੁਣ ਤਾਂ ਗ੍ਰੀਸ ਖਤਮ ਹੋ ਗਈ ਹਾਂਜੀ ਤਾਂ ਜੋ ਸੁਣ ਉਹ ਹੋ ਗਿਆ ਹੋਰ ਉਹਦੇ ਉੱਤੇ ਪ੍ਰੈਸ਼ਰ ਤੇ ਭਾਰੂ ਹੋ ਗਿਆ ਹੋਰ ਪੈ ਗਿਆ ਨਾ ਜੀ ਪ੍ਰੈਸ਼ਰ ਵੀ ਯਾਰ ਇਹ ਤਾਂ ਇਹ ਵੀ ਡਾਕਟਰ ਨੇ ਵੀ ਕਹਿਤਾ ਹਾਂਜੀ ਸਟੈਂਪ ਲੱਗੀ ਉਹ ਖੁੰਡ ਚਰਚਾ ਦੇ ਉੱਤੇ ਡਾਕਟਰ ਦੀ ਸਟੈਂਪ ਲੱਗੀ ਵੀ ਇਹਦੀ ਤਾਂ ਗਰੀਸ ਮੁੱਕ ਗਈ ਗਰੀਸ ਮੁੱਕ ਗਈ ਉਹ ਨਾਲ ਮੁੰਡਾ ਦੀ ਨਾਲ ਹਸਬੰਡ ਸੀ ਸੁਣ ਕੇ ਘਰੇ ਆ ਗਏ ਪੁੱਛ ਲਿਆ ਵੀ ਕਿੰਨਾ ਕੁ ਖਰਚਾ ਹੋ ਵੀ ਇਹ ਤਾਂ 1.5-2 ਲੱਖ ਦਾ ਖਰਚਾ ਹੋਊ ਵੀ ਤਿੰਨੇ ਚਾਰ ਜਣੇ ਸੂਜ-ਸੂਜ ਕੇ ਘਰ ਨੂੰ ਆ ਗਏ ਘਰੇ ਆ ਕੇ ਹੁਣ ਲੇਡੀ ਤਾਂ ਵਿਚਾਰੀ ਇਹ ਸੋਚੀ ਜਾਂਦੀ ਹੈ ਵੀ ਹੁਣ ਇਹ ਕਿੱਥੋਂ ਕਰਾਉਣਗੇ ਸਾਡੇ ਤਾਂ ਘਰੇ ਇੰਨਾ ਪੈਸਾ ਵੀ ਹੈ ਨਹੀਂ ਹਾਂਜੀ ਸਹੀ ਗੱਲ ਹੈ ਉਹ ਸੋਚਣ ਲੱਗੇ ਵੀ ਜੇ ਨਾ ਕਰਾਇਆ ਲੋਕ ਕਹਿਣਗੇ ਪੈਸੇ ਛਾਤੀ ਤੇ ਧੜਕੇ ਲੱਗੇ ਜਾਣੇ ਨੇ ਹਾਂਜੀ ਹਾਂਜੀ ਵੀ ਆਪਦੇ ਘਰੇ ਆਪਦੀ ਮਾਂ ਦਾ ਇਲਾਜ ਨਹੀਂ ਕਰਾਉਣਾ ਇਲਾਜ ਨਹੀਂ ਕਰਾਇਆ ਬਿਲਕੁਲ ਹਾਂਜੀ ਉਹ ਕਰਦੇ ਵਿੱਚ ਇਹ ਪੰਗਾ ਖੜਾ ਹੋ ਗਿਆ ਹਾਂਜੀ ਉਧਰੋਂ ਧਿਆਨ हट ਗਿਆ ਵੀ ਗਰੀਸ ਐ ਮੁੱਕੀ ਹੋਈ ਆ ਜਾਂ ਗੋਡੇ 'ਚ ਕੋਈ ਹੋਰ ਪ੍ਰੋਬਲਮ ਐ ਉਹ ਦਿਖਾ ਲਈ ਉਧਰੋਂ ਤਾਂ ਸਾਡ ਹੀ ਗਿਆ ਧਿਆਨ ਧਿਆਨ ਦੂਜੇ ਪਾਸੇ ਲੱਗਾ ਵੀ ਆਪਰੇਸ਼ਨ ਉਹ 2-4 ਮਹੀਨੇ ਫਿਰ ਉਹ ਡਾਕਟਰ ਨੇ ਵੀ ਇੱਕ ਦਵਾਈ ਲਿਖ ਦੇਣੀ ਆ ਵੀ ਤੁਸੀਂ 2 ਕੁ ਮਹੀਨੇ ਡੰਗ ਟਪਾਓ ਜੇ ਲੰਘ ਜੇ ਦਿਮਾਗ 'ਚ ਤਾਂ ਚੱਲ ਰਿਹਾ ਜੀ ਹੁਣ ਤੁਸੀਂ ਸੋਚਣ ਲੱਗ ਜਓ ਮੈਡਮ ਵੀ ਇਹ ਛੱਤ ਲੱਗ ਤੇ ਗਿਰ ਜੇ 2 ਦਿਨ 3 ਦਿਨ 4 ਦਿਨ ਬਾਅਦ ਉਹ ਹਿੱਲਦੀ ਨਜ਼ਰ ਆਉਣ ਲੱਗ ਜੂ ਨਜ਼ਰ ਆ ਜੀ ਤੁਹਾਡੇ ਦਿਮਾਗ 'ਚ ਹੋ ਗਿਆ ਦਿਮਾਗ 'ਚ ਹੋ ਜਾਂਦੀ ਜਿਹੜੀ ਚੀਜ਼ ਸਾਈਕਲ ਉਹਨੇ ਕੀ ਕੀਤਾ ਉਹ ਆਪਰੇਸ਼ਨ ਥੀਏਟਰ ਤੱਕ ਪਹੁੰਚਾ ਦਿੱਤਾ ਉਹ ਜਦੋਂ 2-3 ਮਹੀਨੇ ਬਾਅਦ ਫਿਰ ਉਹ ਡਾਕਟਰ ਕੋਲ ਪਹੁੰਚ ਜਾਂਦੇ ਆ ਹਾਂਜੀ ਫਿਰ ਉਹ ਡਾਕਟਰ ਸਾਹਿਬ ਕਹਿੰਦੇ ਆ ਵੀ ਲਿਓ ਤੁਹਾਡਾ ਫਾਰਮ ਭਰ ਦੇਣਾ ਮੈਂ ਤੁਸੀਂ ਜਾ ਕੇ ਮੇਰਾ ਨੌ ਲਿਓ ਨਾਲੇ ਤੁਹਾਨੂੰ ਡਿਸਕਾਊਂਟ ਮਿਲੂਗਾ ਨਾਲੇ ਕੋਈ ਐਸੀ ਗੱਲ ਨਹੀਂ ਉਹ ਕਰਕੇ ਉਹਨਾਂ ਨੂੰ ਭੇਜ ਦਿੰਦੇ ਆ ਅੱਜ ਦੀ ਡੇਟ 'ਚ ਮੈਡਮ ਜਿੰਨੇ ਆਪਰੇਸ਼ਨ ਸਾਡੇ ਇੰਡੀਆ 'ਚ ਹੋ ਰਹੇ ਨੇ ਗੋਡਿਆਂ ਦੇ ਨੀਂ ਰਿਪਲੇਸਮੈਂਟ ਦੇ ਤੁਸੀਂ ਸੋਚ ਨਹੀਂ ਸਕਦੇ ਹਾਂਜੀ ਮਤਲਬ ਇਹਨਾਂ ਨੂੰ ਇੱਕ ਬਹੁਤ ਬੜਾ ਬਲਕ ਮਿਲਿਆ ਵੀ 140 ਕਰੋੜ ਦੀ ਆਬਾਦੀ ਦਾ ਦੇਸ਼ ਹੈ ਯਾਰ ਇੱਥੇ ਕੀ ਫਰਕ ਪੈਣਾ ਜੇ 1% ਦੇ ਰੋਜ਼ ਕਰੀ ਜਾਵਾਂਗੇ ਕੋਈ ਫਰਕ ਨਹੀਂ ਪੈਂਦਾ ਪਰ ਜਿਸ ਤਣ ਲੱਗੇ ਥੋ ਤਣ ਜਾਣੇ ਜਦ ਕਿ ਪ੍ਰਮਾਤਮਾ ਨੇ ਅੱਜ ਤੋਂ ਜਦੋਂ ਸ੍ਰਿਸ਼ਟੀ ਰਚੀ ਹਾਂਜੀ ਤੁਸੀਂ ਸਮਝਦੇ ਹੋ ਤੁਸੀਂ ਮੇਰੇ ਨੂੰ ਵੱਧ ਸ੍ਰਿਸ਼ਟੀ ਬਾਰੇ ਜਾਣਦੇ ਹੋ ਮੈਡਮ ਮੈਂ ਤੁਹਾਡੇ ਬਾਰੇ ਬਹੁਤ ਪੜਿਆ ਤੁਹਾਡੇ ਬਾਰੇ ਬਹੁਤ ਸੁਣਿਆ ਮੈਂ ਮੈਂ ਇਹ ਵੀ ਜਾਣਦਾ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਜਾਂ ਕਰ ਰਿਹਾ ਮੈਂ ਮਤਲਬ ਇੱਕ ਬਹੁਤ بڑے ਸੂਰਜ ਦੇ ਅੱਗੇ ਦੀਪਕ ਜਲਾ ਰਿਹਾ ਮੈਂ ਮੈਨੂੰ ਮੈਂ ਮਹਿਸੂਸ ਕਰਦਾ ਹਾਂ ਪਰ ਮੈਂ ਇਹ ਸਮਝਦਾ ਕਿ ਤੁਹਾਡੇ ਨਾਲ ਇਹ ਗੱਲਾਂ ਕਰਨ ਨਾਲ ਹੋ ਸਕਦਾ ਸਾਡੇ ਜਿਹੜੇ ਦਰਸ਼ਕ ਨੇ ਜਾਂ ਜਿਹੜੇ ਆਪਣੇ ਤੁਹਾਡੇ ਆਪਣੇ ਜਾਣ ਵਾਲੇ ਆ ਉਹਨਾਂ ਨੂੰ ਇਹ ਗੱਲ ਸਮਝ ਆਵੇ ਕਿ ਸਾਡੇ ਮੈਡਮ ਧਿਆਨ ਨਾਲ ਸੁਣ ਰਹੇ ਤਾਂ ਗੱਲ ਗੋਇਲ ਕੁਝ ਚੰਗੀ ਉਹ ਦੱਸ ਰਿਹਾ ਹੋਊਗਾ ਤਾਂ ਮਤਲਬ ਕਹਿਣ ਦਾ ਕਿ ਉਹ ਜਿਹੜਾ ਹੁਣ ਪ੍ਰੋਬਲਮ ਕੀ ਹੋਇਆ ਕਿ ਪ੍ਰਮਾਤਮਾ ਨੇ ਤਾਂ ਇੱਕ ਦਿਨ ਜਦੋਂ ਅਸੀਂ ਪੈਦਾ ਹੋਏ ਉਹ ਤਾਂ ਸਾਡੇ ਪੈਦਾ ਹੋਣ ਤੋਂ ਪਹਿਲਾਂ ਬੱਚੇ ਦੀ ਮਾਂ ਦੇ ਸਤਨ ਚ ਦੁੱਧ ਪੈਦਾ ਕਰ ਦਿੰਦਾ ਉਹਦੀ ਖੁਰਾਕ ਪੈਦਾ ਕਰਕੇ ਭੇਜਦਾ ਇਸ ਦਾ ਸਹੀ ਗੱਲ ਹੈ ਤੇ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਬੈਠਾ ਹਾਂਜੀ ਹਾਂਜੀ ਉਹ ਤਾਂ ਭੇਜਦਾ ਉਹਨੇ ਐਦਾਂ ਗਰੀਸ ਵੀ ਭੇਜਿਆਦੀ ਪਹਿਲਾਂ ਸਾਨੂੰ ਪਛਾਣਨ ਚ ਗਲਤੀ ਹੋ ਗਈ ਸਾਡੇ ਕੋਲ ਅਸੀਂ ਉਹ ਸ਼ਾਰਟਕਟ ਰਸਤਾ ਲੈ ਲਿਆ ਉਹਨੇ ਗਰੀਸ ਕਿੱਥੇ ਲਾਇਆ ਤੀ ਪੇੜਾਂ ਨੂੰ ਜਿਹਨੂੰ ਅਸੀਂ ਗੋਦ ਕਹਿੰਦੇ ਆ ਗੋਦ ਹਾਂਜੀ अच्छा जी वाह ਕਿੱਥੇ ਘੁੰਮ ਕੇ ਗੱਲ ਆਈ ਹੁਣ ਤੁਸੀਂ ਵੀ ਖਾਦਾ ਹੋਊਗਾ ਅਸੀਂ ਵੀ ਖਾਦਾ ਜੀ ਜੀ ਕਿਕਰਾਂ ਨੂੰ ਲੱਗਿਆ ਹੋਣਾ ਏ ਡੱਕੇ ਮਾਰ ਮਾਰ ਕੱਢ ਕੱਢ ਖਾਣੀ ਨਾਲ ਉਹਦਾ ਕੋਈ ਸੁਆਦ ਨਹੀਂ ਹੁੰਦਾ ਸੀ ਬਸ ਉਹੀ ਵਧੀਆ ਲੱਗਦੀ ਸੀ ਸਾਈ ਜਾਨੀ ਉਦੋਂ ਦੀਆਂ ਖਾਧੀਆਂ ਹੋ ਜਾਂ ਹੁਣ ਤੱਕ ਕੰਮ ਕਰੂ ਪੂਛ ਪਾ ਕੇ ਗੋਲੀ ਨੂੰ ਚੂਸੀ ਜਾਂਦੇ ਸੀ ਨੀਮ ਤੇ ਉੱਤੇ ਕਿਕਰਾਂ ਦੇ ਉੱਤੇ ਕਈਆਂ ਪੁੱਤਰ ਰੱਖਤਾ ਤੇ ਲੱਗ ਲੱਗ ਆਪਣੇ ਚਾਰੇ ਗੁੰਦ ਕਹਿੰਦੇ ਹੁੰਦੇ ਆਪਾਂ ਪੰਜ ਗੁੰਦ ਹਾਂਜੀ ਪੰਜ ਗੁੰਦ ਹੁਣ ਗੁੰਦ ਗੁੰਦ ਮਰੀਂਗਾ ਹਾਂਜੀ ਹਾਂਜੀ ਜਿਹੜਾ ਮੁਰਿੰਗਾ ਹੈਗਾ ਆਪਣਾ ਜਿਹਨੂੰ ਸਾਂਝਣਾ ਕਹਿੰਦੇ ਆਪਾਂ ਸਾਂਝਣੇ ਦੀ ਹਾਂਜੀ ਗੋੰਦ ਚਿਲਗੋਜ਼ਾ ਜਿਹੜੇ ਛੋਟੇ ਛੋਟੇ ਖਾਣ ਆਉਂਦੇ ਹੁੰਦੇ ਤੇ ਗੋੰਦ ਗੋੰਦ ਆਪਣੀ ਪਿੱਪਲ ਗੋੰਦ ਕਿਕਰ ਤੇ ਗੋੰਦ ਨਿੰਮ ਨਿੰਮ ਹਾਂਜੀ ਇਹ ਪੰਜ ਗੋਦ ਨੂੰ ਮਿਲਾ ਕੇ ਅਸੀਂ ਬਣਾਇਆ ਜੀ ਪੰਚਮ ਗੋੰਦ ਉਹਨਾਂ ਦੀ ਅੱਖਾਂ ਦੇ ਵਿੱਚ ਜਿਹੜੇ ਉਹਨਾਂ ਦੇ ਹੋਲ ਜੇ ਬਣੇ ਹੁੰਦੇ ਨਾ ਨਿੰਮ ਦੇ ਜਾਂ ਕਿਸੇ ਵੀ ਗੋਲ ਗੋਲ ਜੇ ਹੋਲ ਉਹਨਾਂ ਦੇ ਵਿੱਚ ਹੁੰਦੀ ਸੀ ਇਹ ਕੀ ਚੀਜ਼ ਆ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਇਨਸਾਨ ਹੈ ਹਾਂਜੀ ਤੁਸੀਂ ਉਹ ਚਾਹੇ ਮੈਂ ਸਾਡੀ ਬਾਡੀ ਦੇ ਵਿੱਚ ਪ੍ਰਮਾਤਮਾ ਨੇ ਇੱਕ ਬਹੁਤ ਵੱਡੀ ਚੀਜ਼ ਸ਼ਕਤੀ ਦਿੱਤੀ ਹੋਈ ਆ ਜਿਹੜੀ ਬੱਚਾ ਪੈਦਾ ਕਰਨ ਦੀ ਸ਼ਕਤੀ ਆ ਉਹ ਹੈ ਸਾਡੀ ਬਾਡੀ ਦਾ ਬੀਜ ਵੀਰਿਆ ਉਹ ਤੁਹਾਡੇ ਚ ਵੀ ਸਾਡੇ ਚ ਵੀ ਉਹ ਹਰ ਮੇਲ ਫੀਮੇਲ ਦਾ ਇੱਕ ਇੱਕ ਉਹ ਐਕਸਟ੍ਰੈਕਟ ਆ ਇਸੇ ਤਰ੍ਹਾਂ ਪੇੜ ਦਾ ਇਹ ਵੀਰਿਆ ਹਾਂਜੀ ਪੇੜ ਦਾ ਐਕਸਟ੍ਰੈਕਟ ਆ ਉਹ ਪੇੜ ਦੀ ਜਾਨ ਹੈ ਹਾਂ ਉਹ ਜਾਨ ਜਦੋਂ ਇਨਸਾਨ ਲਈ ਰੱਬ ਨੇ ਪਹਿਲਾਂ ਹੀ ਪੈਦਾ ਕਰਤੀ ਸੀ ਕਿਆ ਬਾਤ ਹੈ ਤੇ ਉਹ ਸਾਡੇ ਵੈਦ ਨੇ ਬਹੁਤ ਬਹੁਤ ਉੱਚ ਕੋਟੀ ਦੇ ਵੈਦ ਨੇ ਜੀ ਮੈਂ ਮਤਲਬ ਉਹਨਾਂ ਦਾ ਨੌ ਲੈ ਕੇ ਵੀ ਤੁਹਾਨੂੰ ਹੋਣਾ ਲਾ ਲਓ ਤਾਂ ਸਨ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਉਹ ਸਾਡੇ ਵੈਦ ਜਿਹਨੇ ਡਾਕਟਰ ਅਨਿਲ ਕੁਮਾਰ ਜੀ ਨੇ ਜੀ ਜੀ ਮੇਰੀ ਬੇਟੀ ਆ ਉਹਨੇ ਵੀ ਉਹਨਾਂ ਦੇ ਅੰਡਰ ਰਹਿ ਕੇ ਬੀਐਮਐਸ ਕੀਤੀ ਆ ਮੈਨੂੰ ਅਸੀਂ ਤਾਂ ਨਾ ਕਿ ਉਹ ਵੈਦ ਇਸ ਤਰ੍ਹਾਂ ਦੇ ਵੈਦ ਆ ਕਿ ਉਹ ਗੱਲ ਕਹਿ ਦੇਣ ਉਹਨਾਂ ਦੇ ਮੂੰਹੋਂ ਨਿਕਲਿਆ ਸ਼ਬਦ ਮਤਲਬ ਗ੍ਰੰਥ ਬਣ ਜਾਂਦਾ ਕਿਆ ਬਾਤ ਹੈ ਮੈਂ ਐਵੇਂ ਬੈਠੇ ਬੈਠੇ ਇੱਕ ਦਿਨ ਗੱਲ ਕੀਤੀ ਮੈਂ ਕਿਹਾ ਡਾਕਟਰ ਸਾਹਿਬ ਅੱਪਾ ਇਸ ਇੱਕ ਚੀਜ਼ ਤੇ ਕੰਮ ਨਹੀਂ ਕਰ ਰਹੇ ਸੀ ਵੀ ਲੋਕਾਂ ਦੇ ਗੋਡਿਆਂ 'ਚ ਗਰੀਸ ਗਰੀਸ ਕੀ ਬਲਡ ਆ ਗਿਆ ਕੀ ਹੈਗਾ ਜੀ ਜੀ ਬੈਠੇ ਬੈਠੇ ਅਸੀਂ ਡਾਇਬਟੀਜ਼ ਤੇ ਕੰਮ ਕਰ ਰਹੇ ਸੀ ਅਸੀਂ ਲੋਕਾਂ ਨੂੰ ਨਸ਼ੇ ਛਡਾਉਣ ਤੇ ਕੰਮ ਕਰ ਰਹੇ ਸੀ ਇਹ ਇੱਕ ਦਿਨ ਐਵੇਂ ਗੱਲ ਮਖਾ ਜੀ ਜਿਹੜਾ ਪੇਸ਼ੈਂਟ ਆਉਂਦਾ ਪੌੜੀ ਚੜਕਿਆ ਕਹਿ ਦਿੰਦਾ ਮੈਨੂੰ ਐ ਹੋ ਗਿਆ ਮੈਨੂੰ ਮਖਾ ਇਹ ਗੋਡੇ 'ਚ ਗਰੀਸ ਦਾ ਕੀ ਮਤਲਬ ਉਹਨਾਂ ਨੇ ਮੈਨੂੰ ਇਹ ਗੱਲ ਸਮਝਾਈ ਹਾਂਜੀ ਮੇਰੇ ਸਮਝ ਆਈ ਜੀ ਜੀ ਫਿਰ ਅਸੀਂ ਇਹਦੇ ਤੇ ਕੰਮ ਕਰਿਆ ਮੈਡਮ ਗੋੰਦ ਤੇ ਫਿਰ ਅਸੀਂ ਕਰਦੇ ਕਰਦੇ ਅਸੀਂ ਕਾਲੇ ਗੋੰਦ ਤੇ ਵੀ ਕੰਮ ਕਰਿਆ ਹਾਂਜੀ ਹੁਣ ਤੁਸੀਂ ਕਹੋਗੇ ਕਾਲਾ ਗੁੰਦ ਜੀ ਕਾਲਾ ਗੁੰਦ ਜਿਹੜਾ ਚੀਲ ਦਾ ਪੇੜ ਹੁੰਦਾ ਪਹਾੜਾਂ 'ਚ ਆਪਾਂ ਜਾਣਦੇ ਹਾਂ ਬਹੁਤ ਲੰਬਾ ਹਾਂਜੀ ਹਾਂਜੀ ਹੁੰਦਾ ਨਾ ਜੀ 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 ਪਹਾੜਾਂ ਦੇ ਵਿੱਚ ਤੂਫਾਨ ਨੇਹਰੀਆਂ ਕੀ ਕੁਛ ਹੁੰਦਾ ਪਰ ਉਹ ਪੇੜ ਨਹੀਂ ਹਿੱਲਦਾ ਬਿਲਕੁਲ ਬਹੁਤ ਲੰਬਾ ਪੇੜ ਹੁੰਦਾ ਨਹੀਂ ਹਿੱਲਦਾ ਉਹਦੇ ਵਿੱਚੋਂ ਗੂੰਦ ਦਾ ਪ੍ਰਭਾਵ ਹੈ ਕੀ ਬਾਤ ਤੁਸੀਂ ਕਦੇ ਇਮਰਜ ਨਹੀਂ ਜਿਆਦਾ ਮਤਲਬ ਕਿ ਮਜ਼ਬੂਤ ਹੈ ਮਜ਼ਬੂਤੀ ਉਹਦੀ ਗੂੰਦ ਕਰਕੇ ਹੁੰਦੀ ਹੈ ਗੂੰਦ ਕਰਕੇ ਗੂੰਦ ਵੈਸੇ ਵੀ ਕਹਿੰਦੇ ਜੋੜ ਕੇ ਰੱਖਦਾ ਹੈ ਜੋੜ ਕੇ ਰੱਖਦਾ ਉਹ ਤੁਸੀਂ ਕਦੀ ਹਿਵਾਚਲ ਜਾਓਗੇ ਤਾਂ ਤੁਸੀਂ ਦੇਖੋਗੇ ਵੀ ਉਹਦੇ ਵਿੱਚ ਨਾ ਐਦਾ ਕੱਟ ਲਾ ਕੇ ਛੋਟੇ ਛੋਟੇ ਕੁੱਪੀਆਂ ਲਾਈਆਂ ਹਿਵਾਚਲ ਵਾਲਿਆਂ ਨੇ ਅੱਛਾ ਜੀ ਉਹਦੇ ਚੋਂ ਗੂੰਦ ਕਲੈਕਟ ਕਰਦੇ ਆ ਉਹ ਅੱਛਾ ਜੀ ਉਹ ਫਿਰ ਵਿਕਦੀ ਹੈ ਜੀ ਹਾਂਜੀ ਹਾਂਜੀ ਉਹ ਉਹ ਅਸੀਂ ਗੁੰਦ ਲਈ ਅਸੀਂ ਉਹਦੇ ਤੇ ਕੰਮ ਕਰਿਆ ਮੈਡਮ ਅਸੀਂ 5 6 10 20 50 100 ਜੀ ਮਤਲਬ ਸਾਡੀ ਸੇਵਾ ਚੱਲਦੀ ਰਹਿੰਦੀ ਹੈ ਕੈਂਪ ਕੰਪ ਲਾਉਂਦੇ ਰਹੇ ਨੇ ਤਾਂ ਅਸੀਂ ਨਾ ਜੀ ਉਹ ਲੋਕਾਂ ਨੂੰ ਫ੍ਰੀ ਦਿੱਤਾ ਪਹਿਲਾਂ ਪਹਿਲਾਂ ਜੀ ਜੀ ਕਿਸੇ ਨੂੰ ਲੂਜ਼ ਮੋਸ਼ਨ ਹੋ ਗਏ ਹਾਂਜੀ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਕਿਸੇ ਨੂੰ ਕੋਈ ਹੋ ਗਈ ਫਿਰ ਸਾਨੂੰ ਲੱਗਾ ਵੀ ਇਹ ਇਹ ਇਦਾਂ ਨਹੀਂ ਕੰਮ ਕਰਨਾ ਹਾਂਜੀ ਰੌ ਨਹੀਂ ਕੰਮ ਕਰਨਾ ਰੌ ਬਹੁਤ ਕੰਪਨੀਆਂ ਵੇਚੀ ਜਾਂਦੀਆਂ ਨੇ ਉਹ ਪਾਊਡਰ ਜਿਹਾ ਬਣਾ ਕੇ ਉਹ ਪਤਾ ਨਹੀਂ ਅਸਲੀ ਨਕਲੀ ਰੱਬ ਜਾਣੇ ਪਰ ਅਸੀਂ ਇਹਦੇ ਤੇ ਜਦੋਂ ਵਰਕ ਕੀਤਾ ਨਾ ਮੈਡਮ ਫੇਰ ਅਸੀਂ ਕੀ ਕਰਿਆ ਇਹ ਇਹਦੇ ਵਿੱਚ ਜਟਾ ਮਾਨਸੀ ਮਿਕਸ ਕੀਤੀ ਅੱਛਾ ਜੀ ਹੁਣ ਜਟਾ万ਸੀ ਇੱਕ ਜੜੀ ਬੂਟੀ ਹੈ। ਮਾਲ ਛੜ ਵੀ ਕਹਿੰਦੇ ਆ ਉਹਨੂੰ। ਹਾਂਜੀ ਹਾਂਜੀ। ਉਹ ਜਿਵੇਂ ਨਾ ਜਿਵੇਂ ਪੁਰਾਣੇ ਸਾਧੂਆਂ ਦੇ ਸਿਰ ਤੇ ਜਟਾ ਹੁੰਦੀ ਆ ਜਟਾ ਵਾਂਗੂ ਹੁੰਦੀ ਆ। ਓਵੇਂ ਹੁੰਦੇ ਆ ਉਹਨੂੰ ਜਟਾ万 ਬੱਬੜ ਬੱਬੜ ਜੇ ਵਾਂਗੂ ਹੁੰਦੀ ਆ। ਬਿਲਕੁਲ ਤੁਸੀਂ ਮੈਂ ਪਹਿਲਾਂ ਹੀ ਕਿਹਾ ਮੈਂ ਬੱਬੜਾ ਝਾੜੂ ਨਹੀਂ ਹੁੰਦਾ ਸੀ ਆਪਣਾ ਇੱਕ। ਪਹਿਲਾਂ ਨਹੀਂ ਕਿਹਾ ਜੀ ਵੀ ਮੈਂ ਸੂਰਜ ਅਗੇ ਦੀਪਕ ਜਲਾਉਣਾ। ਨਹੀਂ ਨਹੀਂ ਨਹੀਂ। ਮੈਂ ਤਾਂ ਕਿਹਾ ਪਰ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ। ਤੁਹਾਡੇ ਵਰਗਿਆਂ ਕੋਲ ਬੈਰ ਕੇ ਪਤਾ ਲਾ ਦੋ ਕੁਛ ਨਾ ਕੁਛ। ਤੇ ਉਹ ਨਾ ਜੀ ਕੀ ਹੋਇਆ ਕਿ ਉਹ ਜਿਹੜੀ ਜੜੀ ਬੂਟੀ ਫਿਰ ਇਹਦੇ ਨਾਲ ਮਿਕਸ ਕੀਤੀ ਗਈ ਉਹ ਕੈਪਸੂਲ ਚ ਪਈ ਗਈ ਮੈਂ ਤੁਹਾਨੂੰ ਕੈਪਸੂਲ ਦਿਖਾਣਾ ਇਹਦਾ ਨਾਮ ਵੀ ਅਸੀਂ ਕਾਲਾ ਗੂੰਦ ਕੈਪਸੂਲ ਸਿੱਧਾ ਹੀ ਰੱਖਿਆ ਵੀ ਆਮ ਸਾਡੇ ਵਰਗੇ ਦੇਸੀ ਬੰਦੇ ਨੂੰ ਹਰ ਇੱਕ ਨੂੰ ਸਮਝ ਆ ਜਾਵੇ ਵੀ ਕੀ ਦੇ ਰਹੇ ਹਾਂ ਹਾਂਜੀ ਹਾਂਜੀ ਕਾਲਾ ਗੂੰਦ ਕੈਪਸੂਲ ਤੇ ਬੈਦਵਾਨੇ ਦੇ ਅੱਗੇ ਤਾਂ ਲਿਖਦਾ ਵੀ ਬੈਦਵਾਨ ਜਦ ਬੰਦਾ ਪੜ੍ਹਦਾ ਤਾਂ ਸਮਝੋ ਅਸਲੀ ਹੈ ਅਸਲੀ ਹੈ ਬਾਕੀ ਹੋਰ ਕੋਈ ਲਿਖਿਆ ਸਾਨੂੰ ਨਹੀਂ ਪਤਾ ਅੱਛਾ ਜੀ ਹਾਂ ਤੇ ਇਹਨੂੰ ਫਿਰ ਅਸੀਂ ਗਵਰਨਮੈਂਟ ਤੋਂ ਸਰਟੀਫਾਈਡ ਹੈ ਦੇਖੋ ਇੱਕ ਇੱਕ ਸਟੈਂਪ ਗਵਰਨਮੈਂਟ ਦੀ ਹੈ ਦੇ ਉੱਪਰ ਬਿਨਾ ਸਰਕਾਰ ਤੋਂ ਮਤਲਬ ਨਹੀਂ ਹੈ ਜੀ ਇਹਦੇ ਦੋ ਹੀ ਚੀਜ਼ਾਂ ਨੇ ਕਾਲਾ ਗੁੰਦ ਤੇ ਜਟਾ ਮੰਸੀ ਜਿੰਨੇ ਵੀ ਸਾਡੇ ਬੈਦਪਰਾ ਸਾਡੇ ਭੈਣਪਰਾ ਜਿਹੜੇ ਅਜਰਵੇਦ ਬਾਰੇ ਜਾਣਦੇ ਨੇ ਜਿਹੜੇ ਅਮਰ ਨੂਰੀ ਜੀ ਦੀ ਜਿੰਨੀ ਨੌਲੇਜ ਰੱਖਦੇ ਆ ਉਹਨਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਵੀ ਇਹਨੂੰ ਘਰੇ ਬਣਾ ਸਕਦੇ ਹੋ ਹਰ ਬੰਦੇ ਦੇ ਬਸ ਨਹੀਂ ਹੈਗਾ ਇਹਨੂੰ ਬਣਾਉਣਾ ਪਰ ਜਿਹਨਾਂ ਨੂੰ ਨੌਲੇਜ ਆ ਬਣਾਓ ਘਰੇ ਹੀ ਖਾਓ ਇਹਦੇ ਰਿਜ਼ਲਟ ਤੁਸੀਂ ਦੇਖੋਗੇ ਪਰ ਜਿਹੜੇ ਲੋਕੀ ਘਰੇ ਨਹੀਂ ਬਣਾ ਸਕਦੇ ਤਾਂ ਉਹਨਾਂ ਨੂੰ ਮੇਰੀ ਰਿਕਵੈਸਟ ਆ ਕਿ ਬੈਦਬਾਨ ਕੰਪਨੀ ਦਾ ਕਾਲਾ ਗੂੰਦ ਤੁਸੀਂ ਜਦੋਂ Google ਤੇ ਸਰਚ ਕਰੋਗੇ ਤੁਹਾਨੂੰ ਇਹ ਮਿਲੂਗਾ ਹੋਰ ਕਈ Amazon ਵਰਗੇ ਸਟੇਟਰਸ ਤੇ ਵੀ ਮਿਲੂਗਾ ਤੇ ਇਹ ਜਿਹੜਾ ਪ੍ਰੋਡਕਟ ਹੈ ਇਹ ਸਾਡਾ ਫਰਜ ਬਣਦਾ ਕਿ ਅਸੀਂ ਹਰ ਉਸ ਘਰ ਚ ਇੱਕ ਵਾਰੀ ਪਹੁੰਚਾ ਦਈਏ ਜਿਹੜੇ ਘਰ ਚ ਗੋਡਿਆਂ ਦੇ ਗੈਪ ਦੀ ਪ੍ਰੋਬਲਮ ਆ ਔਰ ਜਿਹੜੇ ਘਰ ਚ ਕਿਸੇ ਮਰੀਜ਼ ਨੂੰ ਇਹ ਕਿਹਾ ਗਿਆ ਵੀ ਤੇਰਾ ਹੁਣੇ ਆਪਰੇਸ਼ਨ ਹੋਊਗਾ ਜਾ ਕੇ ਆਪਰੇਸ਼ਨ ਕਰਾ ਲਾ ਉਹਦੇ ਘਰ ਅਗਰੇ ਚੱਲਿਆ ਜਾਂਦਾ ਨਾ ਮੈਡਮ ਇੱਕ ਚੀਜ਼ ਬੜੀ ਕਮਾਲ ਦੀ ਹੈ ਕਿ ਅਗਰੇ ਇਹਨੂੰ 6 ਮਹੀਨੇ ਕੋਈ ਖਾ ਲੈਂਦਾ ਇੱਕੋ ਹੀ ਕੈਪਸੂਲ ਖਾਣਾ ਡੇਲੀ ਜੀ ਇਹਨੂੰ ਅਗਰ ਕੋਈ ਖਾ ਲੈਂਦਾ ਤਾਂ ਉਹਨੂੰ 6 ਮਹੀਨੇ ਬਾਅਦ ਉਹੀ ਡਾਕਟਰ ਕਹਿੰਦਾ ਮੇਰੇ ਘਰੇ ਵੀ ਮੇਰੀ ਮਾਤਾ ਦੇ ਵੀ ਗੋਡੇ ਖਰਾਬ ਨੇ ਮੈਨੂੰ ਦੱਸ ਦੇ ਕੀ ਕੀਤਾ ਤੂੰ ਮਤਲਬ ਮੈਂ ਦੇਖਿਆ ਵੀ ਸਰਜਨ ਡਾਕਟਰ ਜਿਹੜੇ ਨੇ ਉਹ ਉਹ ਇਹ ਕਾਲਾ ਗੋਲ ਆਪਣੇ ਘਰ ਇਸਤੇਮਾਲ ਕਰ ਰਹੇ ਨੇ ਉਹਨਾਂ ਨੂੰ ਵਿਸ਼ਵਾਸ ਹੋ ਰਿਹਾ ਉਹ ਵੀ ਲੋਕਾਂ ਨੂੰ ਦਵੀਜੀਵ ਚ ਕਹਿਣ ਲੱਗੇ ਵੀ ਤੁਸੀਂ ਇਹ ਕਰ ਸਕਦੇ ਹੋ ਤੁਹਾਨੂੰ ਹਲੇ ਜ਼ਿਆਦਾ ਆਪਰੇਸ਼ਨ ਦੀ ਲੋੜ ਨਹੀਂ ਮਤਲਬ ਇਹਦੇ ਨਾਲ ਆਪਰੇਸ਼ਨ ਦੀ ਨੌਬਤ ਟਲ ਜਾਂਦੀ ਆ ਇਹਦੇ ਨਾਲ ਅਸੀਂ ਇੱਕ ਪੰਚਮ ਹਲਦੀ ਦਿੱਤੀ ਹੈ ਅਸੀਂ ਦੇ ਉਹ ਵੀ ਪੰਜ ਰੂਪ ਚੀਜ਼ ਰਹੇ ਆ ਜੀ ਅੱਛਾ ਜੀ ਇਹ ਮੈਂ ਤੁਹਾਨੂੰ ਦਿਖਾਉਣਾ ਪੰਚਮ ਹਲਦੀ ਇਹਦਾ ਵੀ ਫਾਰਮੂਲੇਸ਼ਨ ਨਾ ਜੀ ਉੱਪਰ ਲਿਖਿਆ ਮੈਂ ਕੋਈ ਫਾਰਮੂਲਾ ਲੋਕਾਂ ਤੋਂ ਛਪਾਂਦਾ ਨਹੀਂ ਜੀ ਜੀ ਮੈਨੂੰ ਇਹ ਆ ਵੀ ਦੁਨੀਆ ਦੇ ਵਿੱਚ ਪਤਾ ਨਹੀਂ ਕਦੋਂ ਕਿਹਦਾ ਕਿੱਥੇ ਟਾਈਮ ਕਿਵੇਂ ਆ ਪਰ ਇੱਕ ਗੱਲ ਜ਼ਰੂਰ ਹੈ ਵੀ ਜਦੋਂ ਲੋਕੀ ਸਾਡਾ ਵੀਡੀਓ ਖੋਲ ਕੇ ਦੇਖਣ ਉਹ ਇਹ ਜ਼ਰੂਰ ਕਹਿਣ ਵੀ ਬੰਦਾ ਥੋੜਾ ਜਿਹਾ ਠੱਗ ਜਿਹਾ ਲੱਗਦਾ ਪਰ ਚੋਰ ਨਹੀਂ ਹੈ ਹਾਂ ਠੱਗ ਹੋਣਾ ਅਲੱਗ ਗੱਲ ਹੈ ਵੀ ਕਿਸੇ ਨੂੰ ਅਸੀਂ ਦੱਸ ਕੇ ਕਿਸੇ ਤੋਂ ਕੁਝ ਲੈਨੇ ਆ ਉਹ ਇੱਕ ਬਹੁਤ ਇਮਾਨਦਾਰੀ ਦੀ ਗੱਲ ਹੈ ਇਹਦੇ ਵਿੱਚ ਕੀ ਹੈ ਕਾਲ ਇਹ ਸਭ ਤੋਂ ਪਹਿਲਾਂ ਇਹ ਚ ਕਾਲੀ ਹਲਦੀ ਪਾਈ ਗਈ ਮੈਡਮ ਅੱਛਾ ਜੀ ਕਾਲੀ ਹਲਦੀ ਜਿਹੜੀ ਆ ਇਹ ਮਤਲਬ ਸਰੀਰ ਦਾ ਔਰਾ ਸੈੱਟ ਕਰ ਦਿੰਦੀ ਹੈ ਪੂਰੀ ਬਾਡੀ ਦਾ ਕੋਈ ਵੀ ਵਾਇਰਸ ਤੁਹਾਡੇ ਨੇੜੇ ਨਹੀਂ ਆ ਸਕਦਾ ਫਿਰ ਇਹਦੇ ਵਿੱਚ ਸੇਲਮ ਦੀ ਹਲਦੀ ਹੈ ਜਿਹੜੀ ਆਮ ਨੋਰਮਲ ਪੀਲੀ ਹਲਦੀ ਆਪਣੇ ਕਿਚਨ ਚ ਹੁੰਦੀ ਹੈ ਰਸੋਈ ਚ ਹੁੰਦੀ ਹੈ ਉਸ ਤੋਂ ਬਾਅਦ ਇਹ ਚ ਦਾਰੂ ਹਲਦੀ ਹੈ ਸਾਡੇ ਬਾਡੀ ਦਾ ਕੋਲੇਸਟ੍ਰੋਲ ਲੈਵਲ ਕੰਟਰੋਲ ਕਰਦੀ ਹੈ ਫਿਰ ਇਹਦੇ ਵਿੱਚ ਹੈਗੀ ਹੈ ਅੰਬਾ ਹਲਦੀ ਇਹ ਜਿਹੜੀ ਸਾਡੀ 슈ਗਰ ਸਾਡੇ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਹੈ ਫਿਰ ਇਹਦੇ ਵਿੱਚ ਪਾਈ ਗਈ ਹੈ ਜੀ ਮੈਦਾ ਲੱਕੜੀ ਜੰਗਲੀ ਹਲਦੀ ਇਹ ਮੈਦਾ ਲੱਕੜੀ ਦਾ ਇੱਕ ਐਡਾ ਵੱਡਾ ਰੋਲ ਹੈ ਜੀ ਜਿਨ੍ਹਾਂ ਨੂੰ ਆਰ ਐ ਫੈਕਟਰ ਪੋਜ਼ਿਟਿਵ ਆ ਜਾਂਦਾ ਗਠੀਆ ਪੋਜ਼ਿਟਿਵ ਆ ਜਾਂਦਾ ਉਹਦੇ ਵਿੱਚ ਇਹ ਕੰਮ ਕਰਦੀ ਹੈ ਇਹ ਪੰਜੇ ਚੀਜ਼ਾਂ ਮੈਂ ਬੋਲ ਦਿੱਤੀਆਂ ਨੇ ਇਹ ਬੋਟਲ ਦੇ ਉੱਤੇ ਲਿਖੀਆਂ ਹੋਈਆਂ ਨੇ ਇਹ ਤੁਸੀਂ ਘਰੇ ਬਣਾ ਸਕਦੇ ਹੋ ਘਰੇ ਖਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਗੁਇਲ ਸਾਹਿਬ ਦੇ ਬੱਚੇ ਪਾਲਦੇ ਆ ਗੁਇਲ ਸਾਹਿਬ ਨੂੰ ਵੀ ਕੁਝ ਮਾਇਆ ਦੀ ਲੋੜ ਹੁੰਦੀ ਆ ਤਾਂ ਮੇਰੇ ਤੋਂ ਵੀ ਮੰਗਾ ਸਕਦੇ ਹੋ ਕੋਈ ਐਡੀ ਗੱਲ ਨਹੀਂ ਮੈਂ ਵੀ ਸੇਵਾ ਚ ਬੈਠਾ ਤੇ ਇਹ ਜਿਹੜੀ ਪੰਚਮ ਹਲਦੀ ਹੈ ਇਹਨੂੰ ਦੁੱਧ ਚ ਪਾਣਾ ਹੈ ਚਟਕੀ ਪਰ ਉਹ ਦੁੱਧ ਉਬਾਲ ਕੇ ਉਹਦੇ ਨਾਲੇ ਕੈਪਸੂਲ ਰਾਤ ਨੂੰ ਖਾਣਾ ਤੇ ਇੰਨਾ ਵਧੀਆ ਰਿਜ਼ਲਟ ਆਉਂਦਾ ਨਾ ਜੀ ਜਿਹੜੇ ਕਹਿੰਦੇ ਨੇ ਗੋਡੇ ਟੁੱਟੀ ਜਾਂਦੇ ਆ ਗੋਡੇ ਦੁਖੀ ਜਾਂਦੇ ਆ ਉਹਨਾਂ ਦਾ ਕੀ ਕਰੀਏ ਗੋਇਲ ਸਾਹਿਬ ਇਹ ਤਾਂ 6 ਮਹੀਨੇ ਚ ਨਹੀਂ ਬੈਂਡ ਲਿਗਮੈਂਟ ਕਹਿੰਦਾ ਘੁੰਮ ਗਿਆ ਜੀ ਬਈ ਗ੍ਰੀਸ ਤਾਂ 6 ਮਹੀਨੇ ਚ ਬਣੂਗੀ ਹਾਂਜੀ ਹਾਂਜੀ ਬਈ ਹੁਣ ਸਾਡਾ ਲਿਗਮੈਂਟ ਕਮਜ਼ੋਰ ਹੋਇਆ ਪਿਆ ਗੋਡਾ ਘੁੰਮਿਆ ਪਿਆ ਦਰਦ ਹੋਈ ਜਾਂਦਾ ਸੋਜਾ ਚੜਿਆ ਪਿਆ ਉਹਦਾ ਕੀ ਕਰੀਏ ਉਹਦੇ ਲਈ ਇਨਸਟੈਂਟ ਵਾਸਤੇ ਬਣਾਇਆਗਾ ਕਾਲੇ ਗੂੰਦ ਤੋਂ ਹੀ ਮੈਡਮ ਕਰੀਮਾਂ ਬਹੁਤ ਨੇ ਵਾਰਮ ਬਹੁਤ ਨੇ ਮਾਰਕੀਟ ਚ ਬੜਾ ਕੁਝ ਵਿਕਦਾ ਜੀ ਬੜੀਆਂ ਡਬੀਆਂ ਡੁੱਬੀਆਂ ਵਿਕਦੀਆਂ ਪਰ ਇਹ ਪਿਓਰ ਕਾਲੇ ਗੋੰਦ ਤੋਂ ਹੀ ਕਰੀਮ ਔਰ ਕਾਲੇ ਗੋੰਦ ਤੋਂ ਹੀ ਤੇਲ ਬਣਾਇਆ ਗਿਆ ਅੱਛਾ ਜੀ ਔਰ ਇਹ ਜਿਹੜਾ ਤੇਲ ਹੈ ਇਹ ਇਸ ਬੋਟਲ ਚ ਜੀ ਇਹ ਕਰੀਮ ਦੀ ਬੋਟਲ ਹੈ ਮੜਵੇ ਛੋਟੀ ਜੀ ਬੋਟਲ ਹੈ ਤੁਸੀਂ ਦੇਖੋ ਔਰ ਇਹ ਇਹ ਐ ਸਮਝ ਲਓ ਵੀ ਇਹ ਕੁਜੇ ਦੇ ਵਿੱਚ ਸਮੁੰਦਰ ਅਲੀ ਗੱਲ ਹੈ ਇਹ ਉਹ ਚੀਜ਼ ਬਣੀ ਹੈ ਕੀ ਬਾਤ ਇਹਦੇ ਵਿੱਚੋਂ ਮਸਾ 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 ਮੱਕੀ ਦੇ ਦਾਣੇ ਜਿੰਨੀ ਕੁ ਲੈਣੀ ਹੈ ਜੀ ਅੱਛਾ ਜੀ ਮੱਕੀ ਦੇ ਦਾਣੇ ਜਿਨੀ ਲੈ ਕੇ ਆਏ ਪੂਰੇ ਗੋਡੇ ਤੇ ਲਾਉਣੀ ਆ ਔਰ ਥੱਲੇ ਖੁੱਚਾਂ ਦੇ ਵਿੱਚ ਵੀ ਲਾਉਣੀ ਆ ਅੱਛਾ ਜੀ ਇਹਨੂੰ ਲਾਉਣ ਦੇ ਨਾਲ ਤੁਹਾਡਾ ਗੋਡਾ ਹਾਰਡਲੀ 15-20 ਮਿੰਟ ਬਾਅਦ ਜੇ ਤੁਹਾਨੂੰ ਨੀਂਦ ਨਹੀਂ ਆ ਰਹੀ ਦਰਦ ਦੇ ਮਾਰੇ ਤੁਸੀਂ ਚੈਨ ਦੀ ਨੀਂਦ ਸੌ ਜਾਣਾ ਐਨਾ ਵਧੀਆ ਹੈ ਦਰਦ ਕੰਟਰੋਲ ਕਰਦੀ ਹੈ ਇਹ ਕੋਈ ਪੇਨ ਕਿਲਰ ਨਹੀਂ ਹੈ ਖਾਵਾਂਗੇ ਪੇਨ ਕਿਲਰ ਸਾਰਾ ਨੁਕਸਾਨ ਕਰੂਗਾ ਇਹਦੇ ਇਹ ਬਾਹਰੋਂ ਤੁਸੀਂ ਲਗਾਣੀ ਹੈ ਤੁਹਾਡੇ ਗੋਡੇ ਦਾ ਦਰਦ ਕੰਟਰੋਲ ਹੋ ਜਾਣਾ ਔਰ ਇਹਨੇ ਇਹਦਾ ਕੰਟਰੋਲ ਕਰਨ ਦਾ ਤਰੀਕਾ ਕੀ ਹੈ ਸਿਰਫ ਇਹਨੇ ਬਲੱਡ ਦੀਆਂ ਜਿਹੜੀਆਂ ਸਾਡੇ ਵੇਨ ਹੁੰਦੀਆਂ ਨੇ ਨਾ ਮੈਂ ਤੁਹਾਨੂੰ ਕਿਉਂਕਿ ਮੇਰੀ ਕਾਦਤ ਹੈ ਜੀ ਮੈਂ ਕਦੇ ਨਾ ਐਨੀਮੇਸ਼ਨ ਨਹੀਂ ਦਿਖਾਉਂਦਾ ਲੋਕਾਂ ਨੂੰ ਜੀ 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 ਮੈਂ ਕਹਿੰਦਾ ਆਪ ਦਾ ਜਿਹੜਾ ਤੁਹਾਡਾ ਦਿਮਾਗ ਹੈ ਉਹਦੇ ਅੰਦਰ ਜਿਹੜੀ ਐਨੀਮੇਸ਼ਨ ਬਣਨੀ ਹੈ ਨਾ ਉਹੋ ਜੀ ਐਨੀਮੇਸ਼ਨ ਕੋਈ ਐਨੀਮੇਟਰ ਵੀ ਨਹੀਂ ਬਣਾ ਸਕਦਾ ਸਹੀ ਗੱਲ ਹੈ ਸਹੀ ਤੁਸੀਂ ਹੁਣ ਇਮੇਜਿਨ ਕਰੋ ਵੀ ਤੁਹਾਡੇ ਗੋਡਿਆਂ ਦੇ ਥੱਲੇ ਜਾ ਕੇ ਗਿੱਟਿਆਂ ਦੇ ਕੋਲੇ ਕਿਸੇ ਦੇ ਗੋਡੇ ਦੇ ਨੇੜੇ ਇੱਕ ਵੇਨ ਹੁੰਦੀਆਂ ਨੇ ਬਰੀਕ ਬਰੀਕ ਨਾੜਾਂ ਦਾ ਇੱਕ ਜਾਲ ਬਣ ਜਾਂਦਾ ਨੀਲੀਆਂ ਪੀਲੀਆਂ ਛੋਟੀਆਂ ਛੋਟੀਆਂ ਨਾੜਾਂ ਉਹ ਮਰ ਜਾਂਦੀਆਂ ਨੇ ਅਸੀਂ ਕੇਅਰ ਨਹੀਂ ਕਰਦੇ ਉਹ ਮਰੀਆਂ ਨਾੜਾਂ ਨੇ ਕੀ ਕਰਨਾ ਜਦੋਂ ਚ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਤਾਂ ਸੋਜ ਇਸ ਪੈ ਜਾਂਦੀ ਆ ਹਾਂਜੀ ਫਿਰ ਉਹ ਹੌਲੀ ਹੌਲੀ ਵੈਰੀਕੋਜ਼ ਵੇਨ ਦਾ ਰੂਪ ਲੈ ਲੈਂਦੀਆਂ ਨੇ ਅੱਛਾ ਇਹ ਉਹਦੇ ਵਾਸਤੇ ਇਹ ਤੇਲ ਬਣਿਆ ਜੀ ਉਹ ਕਈਆਂ ਤੇ ਇੱਥੇ ਨੀਲਾ ਨੀਲਾ ਹੋ ਜਾਂਦਾ ਨਾ ਨਾੜਾਂ ਵੀ ਬਾਹਰ ਨਿਕਲ ਕੇ ਉਹ ਸਾਰੀਆਂ ਇੱਥੋਂ ਹਾਂ ਹਾਂਜੀ ਇਹ ਹੋ ਮੈਂ ਉਹੀ ਤਾਂ ਕਿਸੇ ਜਨੇ ਸੂਰਜ ਮੂਰੇ ਦੀਪ ਕਲਾਈ ਬੈਠਾ ਮੈਂ ਅੱਜ ਮੈਨੂੰ ਪਤਾ ਐ ਇਸ ਗੱਲ ਦਾ ਤੇ ਉਹ ਜਿਹੜੀ ਨਸਾਂ ਨੇ ਨਾ ਜੀ ਉਹ ਉਹਨਾਂ ਦੇ ਉੱਤੇ ਫਿਰ ਇਹ ਤੇਲ ਲੱਗਦਾ ਕਾਲਾ ਗੁੰਦ ਤੇਲ ਇਹਨੂੰ ਅਸੀਂ ਮਿਕਸ ਕਰਕੇ ਵੀ ਲਵਾਉਨੇ ਆਂ ਕਰੀਮ ਦੇ ਵਿੱਚ ਜਿਨ੍ਹਾਂ ਨੂੰ ਥੋੜੀ ਜਿਹੀ ਜ਼ਿਆਦਾ ਪ੍ਰੋਬਲਮ ਹੈ ਔਰ ਤੁਸੀਂ ਐਂ ਦੇਖੋ ਜੀ ਮੈਡਮ ਵੀ ਅੱਜ ਤੱਕ ਜਿੰਨੇ ਵੀ ਪੇਸ਼ੈਂਟ ਇਹ ਚੀਜ਼ਾਂ ਨੂੰ ਯੂਜ਼ ਕਰ ਰਹੇ ਨੇ ਜਿਨ੍ਹਾਂ ਨੂੰ ਇਹ ਕਿਹਾ ਗਿਆ ਦੀ ਵੀ ਤੇਰੇ ਗੋਡਿਆਂ 'ਚ ਗਰੀਸ ਮੁੱਕ ਗਿਆ ਤੇਰਾ ਤਾਂ ਆਪਰੇਸ਼ਨ ਹੋਊਗਾ ਤੇਰਾ ਤਾਂ ਇਹ ਹੋਣਾ ਉਹ ਹੋਣਾ ਉਹ ਮਤਲਬ ਉਹਨਾਂ ਲੋਕਾਂ ਨੂੰ ਇੱਕ ਚਾਨਣ ਹੋਇਆ ਔਰ ਮੈਂ ਬੜੀ ਦਲੇਰੀ ਦੇ ਨਾਲ ਇਹ ਗੱਲ ਕਹੀ ਔਰ ਜਦ ਇਹ ਮੈਂ ਗੱਲ ਪੂਰੀ ਦਲੇਰੀ ਦੇ ਨਾਲ ਕਹੀ ਔਰ ਲੋਕਾਂ ਨੇ ਉਨੀ ਦਲੇਰੀ ਨਾਲ ਹੀ ਮੇਰਾ ਸਵਾਗਤ ਕੀਤਾ ਜੀ ਔਰ ਫਿਰ ਫਿਰ ਮੈਂ ਇੱਕ ਦਿਨ ਬੈਠਾ ਬੈਠਾ ਅ ਮਤਲਬ ਕੋਈ ਜਦੋਂ ਮੇਰੇ ਕੋਲੇ ਰੋਜ਼ ਦਾ 100 100 150 200 200 پیشنਟ ਆਉਣ ਲੱਗਾ ਉਹ ਆ ਕੇ ਆਏ ਫਾਈਲ ਸੁੱਟ ਦਿਆ ਕਰ ਵੀ ਗੋਇਲ ਸਾਹਿਬ ਆ ਤੁਹਾਡੇ ਬੈਦ ਬੈਠੇ ਨੇ ਆ ਇੰਡੀ ਇੰਡੀ ਫਾਈਲਾਂ ਜੀ ਉਹ ਚ 20 ਵੀ ਐਕਸ ਰੇ ਐਮ ਆਰ ਆਈ ਉਹ ਚ ਰਿਪੋਰਟਾਂ ਆਏ ਲੈ ਕੇ ਸੁੱਟ ਦਿਆ ਕਰ ਵੀ ਬੱਸ ਗੋਇਲ ਸਾਹਿਬ ਹੁਣ ਬੱਸ ਹੋ ਗਈ ਹੁਣ ਨਹੀਂ ਜਾਣਾ ਕਿਤੇ ਆ ਬੈਠਿਆ ਤੁਹਾਡੇ ਕੋਲ ਮੈਡਮ ਦੱਸੋ ਉੱਥੇ ਬੰਦਾ ਕੀ ਕਰੇ ਸਹੀ ਗੱਲ ਹੈ ਉੱਥੇ ਫਿਰ ਖੁਦ ਵੀ ਸਰਂਡਰ ਕਰਨਾ ਪੈਂਦਾ ਹਾਂਜੀ ਹਾਂਜੀ ਸਹੀ ਗੱਲ ਹੈ ਫਿਰ ਫਿਰ ਅਸੀਂ ਕੀ ਸਾਡੇ ਬੈਦ ਕੀ ਉਹ ਸਾਰੇ ਜਣੇ ਕਹਿਣ ਵੀ ਯਾਰ ਤੂੰ ਹੁਣ ਉਰੇ ਆ ਗਿਆ ਨਾ ਅੱਜ ਤੋਂ ਬਾਅਦ ਜਿੱਥੇ ਤੂੰ ਚੱਲੇਗਾ ਤੇਰੇ ਨਾਲ ਹੀ ਚੱਲਾਂਗੇ ਫਿਰ ਹਾਂਜੀ ਹਾਂਜੀ ਤੈਨੂੰ ਆਪਰੇਸ਼ਨ ਨਹੀਂ ਹੋਣ ਦਿੰਦੇ ਸਾਡੀ ਜ਼ਿੰਮੇਵਾਰੀ ਆ ਔਰ ਉਹ ਚੀਜ਼ ਦੇ ਨਾਲ ਇੱਕ ਐਡੀ ਦਲੇਰੀ ਮਿਲਦੀ ਸੀ ਪੇਸ਼ੈਂਟ ਨੂੰ ਜੇ ਮਤਲਬ ਉਹਨੂੰ ਡਾਕਟਰ ਨੇ ਕਿਹਾ ਵੀ ਤੇਰਾ 3-4 ਮਹੀਨਿਆਂ ਤੱਕ ਆਪਰੇਸ਼ਨ ਹੋਊ ਕਹਿੰਦਾ 3-4 ਸਾਲ ਤੱਕ ਗੁੱਲਸਰ ਮੈਂ ਹੁਣ ਹੋਣੀ ਲਵੇ ਲੱਗਣ ਦਾ ਕਿਸੇ ਨੂੰ ਤੁਸੀਂ ਬਸ ਇੰਨੀ ਗੱਲ ਕਹਿਤੀ ਮੈਂ ਠੀਕ ਆ ਬਹੁਤ ਬੜੀ ਗੱਲ ਹੁੰਦੀ ਹੈ ਜੀ ਬਹੁਤ ਵੱਡੀ ਗੱਲ ਹੈ ਜੀ ਹਾਂ ਐਪਰੀਸ਼ੀਏਸ਼ਨ ਵੀ ਮਿਲਦੀ ਆ ਬੰਦੇ ਨੂੰ ਤੇ ਬੰਦੇ ਦਾ ਹੌਸਲਾ ਪੈਂਦਾ ਫਿਰ ਅੱਗੇ ਨੂੰ ਵਧੀਆ ਹੋਰ ਕੰਮ ਕਰਨ ਵਾਸਤੇ ਹੈ ਨਾ ਬਸ ਮੈਂ ਉਹਨਾਂ ਨੂੰ ਹੀ ਕਹਿੰਦਾ ਉਹਨਾਂ ਵੀ ਮੈਂ ਅੱਜ ਤੱਕ ਲੱਖਾਂ ਲੋਕਾਂ ਦੇ ਘਰਾਂ 'ਚੋਂ ਅਸ਼ੀਰਵਾਦ ਲਿਆ ਜੀ ਮੈਨੂੰ ਤੁਹਾਡੇ ਘਰੋਂ ਵੀ ਮਿਲੂਗਾ ਗਾਰੰਟੀ ਹੈ ਬਿਲਕੁਲ ਸਹੀ ਗੱਲ ਤੇ ਉਹ ਲੋਕ ਫਿਰ ਕਹਿੰਦੇ ਨੇ ਵੀ ਗੋਇਲ ਮਤਲਬ ਇਹ ਨਹੀਂ ਕਹਿੰਦਾ ਵੀ ਲੱਖਾਂ ਲੋਕਾਂ ਤੋਂ ਕਰੋੜਾ ਰੁਪਇਆ ਲਿਆ ਤੁਹਾਡੇ ਵੀ ਲਵਾਂਗਾ ਮੈਨੂੰ ਅਸ਼ੀਰਵਾਦ ਹੀ ਚਾਹੀਦਾ ਬਿੱਲ ਦੇ ਆ ਜੀ ਮਾਇਆ ਆਉਣੀ ਜਾਣੀ ਚੀਜ਼ ਇੱਥੇ ਰਹਿ ਜਾਣੀ ਆ ਮੈਡਮ ਤੁਸੀਂ ਵੀ ਸਾਰਾ ਕੁਝ ਜਾਣਦੇ ਹੋ ਅਸੀਂ ਵੀ ਜਾਣਦੇ ਆ ਮਾਇਆ ਦੀ ਜਿੰਨੀ ਲੋੜ ਹੈ ਉੰਨੀ ਸਭ ਨੂੰ ਲੋੜ ਹੈ ਪਹਿਲਾਂ ਕਹਿੰਦੇ ਨੇ ਇੱਕ ਕਹਾਵਤ ਨਹੀਂ ਹੈਗੀ ਪਹਿਲਾ ਸੁੱਖ ਨਿਰੋਗੀ ਕਾਇਆ ਬਿਲਕੁਲ ਹਾਂ ਜੀ ਦੂਜਾ ਸੁੱਖ ਪੱਲੇ ਹੋ ਮਾਇਆ ਤੀਜਾ ਸੁੱਖ ਸੁਰੱਖਣਾ ਨਾਰੀ ਚੌਥਾ ਸੁੱਖ ਔਲਾਦ ਆਗਿਆਕਾਰੀ ਇਹ ਜਿਹੜੇ ਸੁੱਖ ਲਿਖੇ ਨੇ ਕਿਸੇ ਨੇ ਐਵੇਂ ਨਹੀਂ ਲਿਖੇ ਜੀ ਜੀ ਬਿਲਕੁਲ ਮਤਲਬ ਕਹਿਣ ਦਾ ਸਭ ਤੋਂ ਵੱਡੀ ਚੀਜ਼ ਹੈ ਕਿ ਇਹ ਜਿਹੜਾ ਗੋਡਿਆਂ ਦਾ ਦੁੱਖ ਹੈ ਨਾ ਜੀ ਇਸ ਤੋਂ بڑا ਦੁੱਖ ਮੈਂ ਨਹੀਂ ਸਮਝਦਾ ਕੋਈ ਹੈ ਇਹ ਨਾ ਸੌਣ ਦੇਵੇ ਨਾ ਨਹਾਉਣ ਦੇਵੇ ਨਾ ਬੈਠਣ ਦੇਵੇ ਨਾ ਤੁਰਨ ਦੇਵੇ ਮਤਲਬ ਜੇ ਕਿ ਤੂੰ ਮਾੜਾ ਮੋਟਾ ਵਿਆਹ ਉਹਦਾ ਕਾੜ ਆ ਗਿਆ ਬੱਚੇ ਕਹਿਣ ਵੀ ਜਾਣਾ ਕੋਗਾ ਨਹੀਂ ਜਾਣਾ ਮਤਲਬ ਇਹ ਸਾਰੇ ਖੁਸ਼ੀਆਂ ਹੀ ਖੜ ਜਾਂਦੇ ਗੋਡੇ ਕੀ ਖੜ ਕੇ ਖੁਸ਼ੀਆਂ ਹੀ ਖੜ ਗਈਆਂ ਤੁਹਾਡੀ ਜਿੰਦਗੀ ਮਤਲਬ ਜਿਹਦੀ ਦੁਨੀਆ ਹੀ ਖੜ ਗਈ ਦੁਨੀਆ ਹੀ ਖੜ ਗਈ ਹਾਂ ਜੀ ਔਰ ਜਦੋਂ ਸੁਭਾਸ਼ ਗੋਇਲ ਉਹਨਾਂ ਨੂੰ ਇਹ ਕਹਿੰਦਾ ਤੈਨੂੰ ਹੋਇਆ ਹੀ ਕੁਝ ਨਹੀਂ ਥੋੜੇ ਦਿਨਾਂ ਚ ਗੱਲ ਬਣੂਗੀ ਆਪਣੀ ਉਹ ਕਹਿੰਦਾ ਜੀ ਬਸ ਬਣ ਗਈ ਤੁਸੀਂ ਕਹਿਤਾ ਤਾਂ ਬਣ ਗਈ ਕਹਿੰਦੇ ਅੱਜ ਤੱਕ ਕੋਈ ਐ ਹੀ ਨਹੀਂ ਕਹਿਣ ਵਾਲਾ ਮਿਲਿਆ ਮਤਲਬ ਇਹ ਇੱਕ ਬਹੁਤ ਬੜੀ ਗੱਲ ਹੁੰਦੀ ਹੈ ਜੀ ਆਪਣੇ ਸੈਂਟਰ ਦੇ ਵਿੱਚ ਤਿੰਨ ਪੌੜੀਆਂ ਚੜਦੇ ਨੇ ਲੋਕ ਮੇਰਾ ਤੀਸਰੀ ਮੰਜ਼ਲ ਦੇ ਉੱਤੇ ਬਣਾਇਆ ਹੋਇਆ ਮਾਤਾ ਰਾਣੀ ਦੀ ਬਾਬਾ ਜੀ ਦੀ ਬੜੀ ਕਿਰਪਾ ਹੈ ਥੱਲੇ ਜਦੋਂ ਮਰਜ਼ੀ ਬਣਾ ਲਈਏ ਪਰ ਮੈਂ ਇੱਕ ਗੱਲ ਦੇਖਦਾ ਵੀ ਜਿਹੜਾ ਮਰੀਜ਼ ਉਹ ਪੌੜੀਆਂ ਚੜ ਗਿਆ ਉਹਨੂੰ ਮੈਂ ਕਹਿੰਦਾ ਨਾ ਤੇਰੀ ਤਾਂ ਗਾਰੰਟੀ ਲਿਖੀ ਲਿਖਾਈ ਆ ਤੈਨੂੰ ਆਪਰੇਸ਼ਨ ਦੀ ਲੋੜ ਨਹੀਂ ਇਹ ਤੋਂ ਚੜੇ ਨਹੀਂ ਸਕਦਾ 30% ਜਿਹਦੀ ਗਰੀਸ ਓਕੇ ਆ ਹਾਂਜੀ ਮੈਂ ਵੀ ਗਰੀਸ ਕਹਿਣ ਲੱਗ ਜਾਨਾ ਉਹ ਕੀ ਕਰਾਂ ਜਿਹਦੀ 30% ਸਾਈਨੋਬਲ ਫਲੂਇਡ ਹੈਗਾ ਜਿਹਦਾ ਗੋਦਕ ਦੀ ਰਸਈ ਅੰਦਰ ਹੈ ਬਾਡੀ ਚ ਜੀਦਾ ਗੂੰਦ ਸਹੀ ਆ ਜਿਹਦੀ ਗੂੰਦ ਸਹੀ ਆ ਆਪਾਂ ਗੂੰਦ ਹੀ ਬਦਲ ਲੈਂਦੇ ਆ ਤੇ ਉਹ ਉਹਦੇ ਜਿਹੜੇ ਨਾ ਜੀ ਗੋਡਿਆਂ ਦੇ ਲਿਗਾਮੈਂਟ ਫਿੱਟ ਨੇ ਬਿਲਕੁਲ ਬਿਲਕੁਲ ਤਾਂ ਉਹ ਪੌੜੀ ਚੜੂਗਾ ਜੀ ਨਹੀਂ ਚੜ੍ਹ ਨਹੀਂ ਸਕਦਾ ਹਾਂਜੀ ਕਈ ਤਾਂ ਮੇਰੀ ਗੱਲ ਸੁਣ ਕੇ ਬਜ਼ੁਰਗ ਆਉਂਦੇ ਨੇ ਉੱਪਰ ਕਹਿੰਦੇ ਗੋਇਲ ਸਾਹਿਬ ਤੁਹਾਡੀ ਗੱਲ ਸੁਣ ਕੇ ਅਸੀਂ ਅੱਜ 3-4 ਸਾਲ ਬਾਅਦ ਟਰਾਈ ਕੀਤੀ ਆ ਪੌੜੀ ਚੜਨ ਦੀ ਅਸੀਂ ਚੜ ਗਏ ਅੱਜ ਹਾਂ ਬੱਸ ਕਹਿੰਦੇ ਹੁਣ ਸਾਨੂੰ ਐ ਲੱਗ ਗਿਆ ਪਤਾ ਵੀ ਅਸੀਂ ਠੀਕ ਹੋ ਜਾਾਂਗੇ ਇਹ ਮੈਡਮ ਬਹੁਤ بڑا ਅਸ਼ੀਰਵਾਦ ਹੁੰਦਾ ਬਾਬੇ ਨਾਨਕ ਦਾ ਇਹੀ ਅਸ਼ੀਰਵਾਦ ਹੈ ਜੀ ਲੋਕ ਕਹਿੰਦੇ ਨੇ ਨਾ ਜਿਹੜਾ ਜਿਹੜਾ ਗ੍ਰਾਹਕ ਹੈ ਉਹ ਤੁਹਾਡਾ ਦੇਵਤਾ ਬਿਲਕੁਲ ਭਗਵਾਨ ਜਿਹੜਾ ਤੁਹਾਨੂੰ ਰੋਟੀ ਦਿੰਦਾ ਰੋਜ਼ੀ ਰੋਟੀ ਦਿੰਦਾ ਉਹ ਤੁਹਾਡਾ ਦੇਵਤਾ ਅੱਧੇ ਕੰਮ ਤਾਂ ਤੁਸੀਂ ਉੱਥੋਂ ਹੀ ਅਲਰਨ ਕਰ ਜਾਂਦੇ ਹੋ ਹਾਂ ਜੇਰਾ ਤੁਹਾਡੇ ਪੇਸ਼ੈਂਟ ਆ ਉਹਦੀਆਂ ਬਿਮਾਰੀਆਂ ਚ ਤੁਸੀਂ ਕਿੰਨਾ ਕੁ ਸਿੱਖਦਾ ਤੁਹਾਨੂੰ ਜਿਹੜੀ ਸਟੱਡੀ ਕੀਤੀ ਹੋਈ ਆ ਤੁਹਾਨੂੰ ਲੱਗਦਾ ਵੀ ਹਾਂ ਉਦੋਂ ਫੇ ਤੁਹਾਡਾ ਪ੍ਰੈਕਟੀਕਲ ਸ਼ੁਰੂ ਹੋ ਜਾਂਦਾ ਤੁਹਾਡਾ ਦਾ ਐਕਸਪੀਰੀਅੰਸ ਕਿੰਨਾ ਕਿੰਨੇ ਸਾਲ ਤੁਹਾਨੂੰ 30 ਸਾਲ ਹੋ ਗਏ 30 ਸਾਲ ਹੋ ਗਏ 30 ਸਾਲਾਂ ਤੋਂ ਤੁਸੀਂ ਕਿੰਨੇ ਪੇਸ਼ੈਂਟ ਦੇਖੇ ਨੇ ਕਿੰਨਿਆਂ ਦੇ ਗੋਡੇ ਗਿੱਟੇ ਠੀਕ ਕੀਤੇ ਨੇ ਕਈਆਂ ਕਿੰਨੀਆਂ ਬਿਮਾਰੀਆਂ ਠੀਕ ਕੀਤੀਆਂ ਨੇ ਔਰ ਜਦੋਂ ਠੀਕ ਹੋ ਕੇ ਤੁਹਾਡੇ ਕੋਲ ਆਉਂਦੇ ਨੇ ਫਿਰ ਤੁਸੀਂ ਵੀ ਸ਼ੁਕਰ ਕਰਦੇ ਹੋ ਪ੍ਰਮਾਤਮਾ ਵੀ ਤੂੰ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾ ਕੇ ਦਿੱਤੀਆਂ ਨੇ ਉਹ ਮੈਨੂੰ ਨੌਲੇਜ ਵੀ ਦਿੱਤੀਆਂ ਨਾ ਚੀਜ਼ਾਂ ਦੀ ਲੋਕ ਪਹਾ ਤੁਹਾਡੇ ਤਾਂ ਕਰਦੇ ਆ ਮੇਰਾ ਨਾ ਮੇਰੀਆਂ ਪੌੜੀਆਂ ਚੜ੍ਹ ਚੜ੍ਹ ਕੇ ਆਉਂਦਾ ਮੈਂ ਤਾਂ ਉਹਨਾਂ ਦੀ ਪੂਜਾ ਕਰਦਾ ਰਹਿੰਦਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਜਿਵੇਂ ਹੁਣ ਸਾਡਾ ਸਟਾਫ ਹੈ ਜੀ ਹਾਂਜੀ ਉਹਨਾਂ ਨੂੰ ਵੀ ਕੋਈ ਗੱਲ ਕਹੀ ਹੋਈ ਆ ਵੀ ਆਪਾਂ ਮੰਦਰਾਂ ਚ ਕੀ ਕਰਨ ਜਾਣਦੇ ਆ ਆਪਾਂ ਗੁਰਦੁਆਰਿਆਂ ਚ ਕੀ ਕਰਨ ਜਾਣਦੇ ਆ ਉੱਥੇ ਆਪਾਂ 10 ਰੁਪਏ ਚੜ੍ਹਾ ਕੇ ਕਹਿੰਦੇ ਆ ਵੀ ਰੱਬਾ ਸਾਡੇ ਬਾਲ ਬੱਚਿਆਂ ਨੂੰ ਸੁੱਖ ਸ਼ਾਂਤੀ ਦੇਈ ਸਾਡਾ ਕਾਰੋਬਾਰ ਚਲਾਈ ਪੈਸੇ ਦੇਈ ਥੇਲਾ ਦੇ ਆਹੀ ਮੰਗਦੇ ਆ ਹਾਂਜੀ ਹਾਂਜੀ ਤੇ ਇਹ ਤੁਹਾਨੂੰ ਦੇਣ ਆਏ ਨੇ ਇਹ 500 ਰੁਪਏ ਤੁਹਾਨੂੰ ਦੇਣ ਤੋਂ ਬਾਅਦ ਕਹਿੰਦੇ ਨੇ ਗੋਇਲ ਸਾਹਿਬ ਨੂੰ ਮਿਲਾ ਦਿਓ ਹੈ ਸਾਡਾ ਰੱਬ ਸਾਨੂੰ ਕਹਿੰਦਾ ਹੈ ਵੀ ਅਸੀਂ ਗੋਇਲ ਸਾਹਿਬ ਨੂੰ ਮਿਲਣਾ ਹੈ ਉੱਥੇ ਆ ਕੇ ਤਾਂ ਸਾਰੀਆਂ ਚੀਜ਼ਾਂ ਹੀ ਖਤਮ ਹੋ ਜਾਂਦੀਆਂ ਨੇ ਜੀ 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 ਪਰ ਫਿਰ ਫਿਰ ਉੱਥੇ ਆ ਕੇ ਉਦੋਂ ਵੱਧ ਖਤਮ ਹੋ ਜਾਂਦੀਆਂ ਨੇ ਜਦੋਂ ਸਾਰੀਆਂ ਫਾਈਲਾਂ ਹੀ ਸੁੱਟ ਦਿੰਦੇ ਨੇ ਵੀ ਗੋਇਲ ਸਾਹਿਬ ਅੱਜ ਤੋਂ ਬਾਅਦ ਜਾਣਾ ਨਹੀਂ ਕਿਤੇ ਅਸੀਂ ਬੈਠੇ ਹਾਂ ਤੁਹਾਡੇ ਕੋਲੇ ਫਿਰ ਬਸ ਐ ਹੁੰਦਾ ਆਪਣਾ ਬਜ਼ੁਰਗ ਮਾਪੇ ਆਪਣੇ ਪੁੱਤ ਨੂੰ ਕਹਿੰਦਾ ਵੀ ਪੁੱਤ ਹੁਣ ਚਾਹੇ ਮਾਰ ਦੇ ਚਾਹੇ ਜੀ ਲੈ ਤੇਰੇ ਹੀ ਆ ਰੱਖਣ ਦੇ ਸਹੀ ਗੱਲ ਫਿਰ ਐ ਫੀਲਿੰਗ ਆਉਂਦੀ ਉਹ ਫੀਲਿੰਗ ਆਉਂਦੀ ਹੈ ਫਿਰ ਉਹ ਫੀਲਿੰਗ ਲੈ ਕੇ ਕੰਮ ਕਰਦੇ ਆ ਤੁਸੀਂ ਵੀ ਮਾਈ ਬਾਪ ਬਣ ਕੇ ਕੰਮ ਕਰਦੇ ਮੇਰੇ ਨੂੰ ਫੀਲਿੰਗ ਲੈ ਕੇ ਕੰਮ ਕਰਦੇ ਆ ਜੀ ਫਿਰ ਬਾਬਾ ਜੀ ਦੀ ਕਿਰਪਾ ਹੁੰਦੀ ਹੋ ਹੁੰਦੀ ਹੈ ਜਿਵੇਂ ਉਹ ਅਸ਼ਵਗੰਧਾ ਹੈ ਨਾ ਜੀ ਤੇ ਜਿਵੇਂ ਅਸੀਂ ਮੈਂ ਜਿਵੇਂ ਸਰਦੀਆਂ ਦੇ ਵਿੱਚ ਖਾਸ ਕਰਕੇ ਮੈਂ ਆਪਣੀ ਉਹ ਗੱਲ ਕਰੂੰਗੀ ਵੈਸੇ ਤਾਂ ਪੁਰਾਣੇ ਜ਼ਮਾਨੇ ਚ ਸਾਰ ਹਰ ਘਰ ਦੇ ਵਿੱਚ ਪੰਜੀਰੀ ਬਣਾਈ ਜਾਂਦੀ ਸੀ ਬੱਚਿਆਂ ਨੂੰ ਦਿੱਤੀ ਜਾਂਦੀ ਸੀ ਸਾਡੇ ਮੰਮੀ ਬਣਾਉਂਦੇ ਹੁੰਦੇ ਸੀ ਫਿਰ ਉਸ ਤੋਂ ਬਾਅਦ ਮੇਰੀ ਉਹੀ ਰੁਟੀਨ ਬਣੀ ਰਹੀ ਬਚਪਨ ਚ ਜਿਵੇਂ ਮੈਂ ਆਪਣੇ ਪਾਪਾ ਮੰਮੀ ਨੂੰ ਦੇਖਦੀ ਸੀ ਤਾਂ ਮੈਂ ਵੀ ਆਪਣੇ ਹੁਣ ਤੱਕ ਰੁਟੀਨ ਸੀਗੀ ਪੰਜੀਰੀ ਨਹੀਂ ਹੁੰਦੀ ਸੀ ਆਪਣੇ ਘਰਾਂ ਚ ਬਣਦੀ ਬਿਲਕੁਲ ਬਿਲਕੁਲ ਗਾਂ ਦੇ ਘਿਓ ਦੀ ਆਪਾਂ ਦੇ ਵਿੱਚ ਗੂੰਦ ਚਾਰੋਂ ਗੂੰ ਪੰਜੇ ਗੂੰਦ ਸਤਾਬਰੀ ਮੂਸਲੀ ਅਸ਼ਵਗੰਧਾ ਦਾਖਾ ਅੱਪਾ ਬਾਕੀ ਦੇ ਮੇਵੇ ਹੁੰਦੇ ਆ ਸਾਰਾ ਪਾ ਕੇ ਬਣਾਈਦਾ ਸੀ ਜੇ ਖਾਸ ਖਾਸ ਵੀ ਪਾ ਲਈ ਤੇ ਇਹ ਕੀ ਚੀਜ਼ਾਂ ਫਾਇਦਾ ਕਰਦੀਆਂ ਨੇ ਇਹ ਆਪਣੇ ਬੋਡੀ ਨੂੰ ਜੇ ਪਾਏ ਖਾਣੇ ਆ ਕਿਉਂ ਜੀ ਜਿੰਨੇ ਵੀ ਲੋਕ ਮੇਰਾ ਪ੍ਰੋਗਰਾਮ ਦੇਖ ਰਹੇ ਸਾਰਿਆਂ ਨੂੰ ਲੱਗਦਾ ਨਹੀਂ ਵੀ ਅੱਜ ਬਹੁਤ ਵੱਡੇ ਵੈਦ ਸਾਡੇ ਕੋਲ ਆਏ ਹੋਏ ਨੇ ਮੈਡਮ ਅਮਰ ਨੂਰੀ ਜੀ ਔਰ ਦੇਖੋ ਬੈਠੇ-ਬੈਠੇ ਪੰਜੀਰੀ ਬਣਾਤੀ ਇਹਨਾਂ ਨੇ ਮੂੰਹ ਚ ਸਵਾਦ ਵੀ ਆਉਣ ਲੱਗਾ ਪਰ ਇਹ ਜਿਹੜੀ ਪੰਜੀਰੀ ਹੈ ਨਾ ਜੀ ਇਹ ਵਾਕਈ ਬਹੁਤ ਗੱਜਬਾ ਪਰ ਹੁਣ ਬਣਦੀ ਨਹੀਂ ਹੁਣ ਕੋਈ ਬਣਾਉਂਦਾ ਨਹੀਂ ਹਾਂ ਜਿਹੜੀਆਂ ਚੀਜ਼ਾਂ ਸੀਗਾ ਕਮਰ ਕਸ ਪਾ ਕੇ ਬਣਦੀਆਂ ਸੀ ਕਮਰ ਕਸ ਹਾਂਜੀ ਕਮਰ ਕਸ ਤੇ ਉਹਦੇ ਵਿੱਚ ਲੋਧੜਾ ਪੈਂਦਾ ਸੀ ਕੁਝ ਅਸ਼ੋਕਾ ਪੈਂਦਾ ਸੀ ਮਤਲਬ ਲੇਡੀਜ਼ ਆ ਬਖੜੇ ਪਾਉਂਦੇ ਸੀਗੇ ਹਾਂ ਬਖੜੇ ਪਾਉਂਦੇ ਇਹ ਇਹ ਬਣ ਗਈ ਨਾ ਜੀ ਪੰਜੀਰੀ ਪਰ ਹੁਣ ਅਸੀਂ ਇਹਦਾ ਕੀ ਬਣਾਤਾ ਮੁਟਿਆਰ ਚੂਰਨ ਬਣਾਤਾ ਅੱਛਾ ਜੀ ਹਾਂ ਇੱਕ ਬਣਾਤਾ ਗੱਭਰੂ ਚੂਰਨ ਅੱਛਾ ਜੀ ਫਿਰ ਮੁੰਡਿਆਂ ਵਾਸਤੇ ਗੱਭਰੂ ਉਹ ਪੰਜੀਰੀ ਹੁਣ ਕੋਈ ਬਣ ਇਚ ਸਾਰੀਆਂ ਪਾਈਆਂ ਜੀ ਤਾਲ ਮਖਾਣਾ ਮਾਲ ਗੰਗਣੀ ਅਸ਼ਵਗੰਧ ਸਤਾਵਰ ਸ਼ਲਾਜੀਤ ਕੇਸਰ ਕਸਤੂਰੀ ਲਤਾ ਕਸਤੂਰੀ ਸਾਰੀ ਚੀਜ਼ਾਂ ਪਾ ਕੇ ਬਣਾ ਹੁਣ ਇਹ ਇਹ ਜ਼ਰੂਰ ਲੋਕੀ ਖਾ ਲੈਂਦੇ ਆ ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਰੈਡੀਮੇਡ ਚੀਜ਼ਾਂ ਚਾਹੀਦੀਆਂ ਨੇ ਪਰ ਜੇ ਘਰੇ ਪੰਜੀਰੀ ਬਣ ਜੇ ਪਰ ਹੁਣ ਉਹ ਬਜ਼ੁਰਗ ਨਹੀਂ ਰਹੇ ਜੀ ਬਣਾਉਣ ਵਾਲੇ ਨਹੀਂ ਆਪਾਂ ਨੁਸਖਾ ਦੱਸ ਦਾਂਗੇ ਵੀ ਕਿੱਦਾਂ ਬਣਾਉਣੀ ਆ ਬਿਲਕੁਲ ਦੱਸ ਦਾਂਗੇ ਕਿ ਮੈਂ ਤਾਂ ਬਣਾਉਣੀ ਆ ਨਾ ਹਰ ਸਾਲ ਪਰ ਮੈਨੂੰ ਕੁਝ ਸਾਲਾਂ ਤੋਂ ਨਾ ਜਿਹੜੀ ਮੇਰੀ ਅਸਲੀ ਗੱਲ ਸੀ ਇਹ ਪੰਜੀਰੀ ਲਗਾਤਾਰ ਖਾਂਦੀ ਸੀ ਪਰ ਮੈਂ 5 6 ਸਾਲਾਂ ਤੋਂ ਹੁਣ ਨਹੀਂ ਖਾ ਰਹੀ ਮੈਨੂੰ ਡਾਕਟਰ ਨੇ ਵੇਖ ਪਾਇਆ ਵੀ ਤੇਰਾ ਕੋਲੈਸਟ੍ਰੋਲ ਵੱਧਦਾ ਤੁਹਾਨੂੰ ਮੇਰਾ ਥੋੜਾ ਬੀਪੀ ਵਧਣ ਲੱਗ ਗਿਆ ਸੀਗਾ ਤੇ ਉਹ ਮਿਰਕੇ ਡਾਕਟਰ ਕਹਿੰਦੇ ਵੀ ਨਹੀਂ ਤੁਸੀਂ ਆਹ ਕਿਉਂ ਨਹੀਂ ਖਾਣਾ ਆ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਤੇ ਤੇ ਪੰਜੀਰੀ ਬਣਾਓ ਉੱਚ ਕਿਉਂ ਨਾ ਪਾਓ ਅੱਛਾ ਜੀ ਦੇਸੀ ਕਿਉਂ ਨਾ ਪਾਓ ਜਿਨ੍ਹਾਂ ਨੂੰ ਬੀਪੀ ਵੱਧਦਾ ਹੈ ਜਾਂ ਕੋਲਸਟ੍ਰੋਲ ਵੱਧਦਾ ਹੈ ਕੋਲਸਟ੍ਰੋਲ ਵਾਲਿਆਂ ਨੂੰ ਸਿਰਫ ਦੇਸੀ ਘਿਓ ਨੁਕਸਾਨ ਕਰੂਗਾ ਆਦਰਵਾਇਜ਼ ਬਦਾਮ ਬਦਾਮ ਦਾ ਤੇਲ ਹੋਰ ਕੋਈ ਤੇਲ ਕੋਈ ਵੀ ਤੇਲ ਜਿਹੜਾ ਮਤਲਬ ਪੇੜਾਂ ਤੋਂ ਚੀਜ਼ ਮਿਲ ਰਹੀ ਹੈ ਸਾਰਾ ਕੋਈ ਵੀ ਜਿਹੜੀ ਸਾਨੂੰ ਕੁਦਰਤ ਦੇ ਰਹੀ ਆ ਉਹਦੇ ਨਾਲ ਕੋਲਸਟ੍ਰੋਲ ਨਹੀਂ ਵੱਧ ਸਕਦਾ ਕੀ ਬਾਤ ਹੈ ਜਿਹੜੀ ਚੀਜ਼ ਸਾਨੂੰ ਜਾਨਵਰ ਤੋਂ ਮਿਲ ਰਹੀ ਹੈ ਚਾਹੇ ਉਹ ਮਾਸ ਹੈ ਚਾਹੇ ਉਹ ਦੁੱਧ ਹੈ ਚਾਹੇ ਉਹ ਬਣੀਏ ਚੀਜ਼ਾਂ ਨੇ ਉਹਦੇ ਨਾਲ ਵੱਧੂਗਾ ਹਾਂਜੀ ਜਦ ਵੀ ਗਲੈਸ ਇਹ ਤਾਂ ਫੇ ਪੰਜੀਰੀ ਹੁਣ ਜਾ ਕੇ ਮੈਂ ਨਾਰੀਅਲ ਦੇ ਤੇਲ ਚ ਬਣਾਉਂਗੀ ਹੁਣ ਸਾਰੀਆਂ ਚੀਜ਼ਾਂ ਪਾ ਕੇ ਪਿਆਰੇ ਦਰਸ਼ਕੋ ਅੱਜ ਅਸੀਂ ਗੱਲ ਕੀਤੀ ਸੁਭਾਸ਼ ਗੋਇਲ ਜੀ ਦੇ ਨਾਲ ਗੋਡਿਆਂ ਚ ਗੈਪ ਦੀ ਤੇ ਗੋਡਿਆਂ ਚੋ ਗ੍ਰੀਸ ਕਿਦਾਂ ਖਤਮ ਹੋ ਜਾਂਦੀ ਆ ਤੇ ਉਹਦਾ ਇਲਾਜ ਕਿਦਾਂ ਕਰਨਾ ਹੈ ਕਾਲੇ ਗੁੰਦੇ ਪ੍ਰੋਡਕਟ ਨੇ ਜਿਹੜੇ ਸੁਭਾਸ਼ ਗੋਇਲ ਜੀ ਦੇ ਉਹ ਸਾਰਿਆਂ ਤੇ ਅਸਰ ਕਰ ਰਹੇ ਨੇ ਔਰ ਤੁਹਾਨੂੰ ਸਮਝ ਵੀ ਆਈ ਚੰਗੀ ਤਰ੍ਹਾਂ ਇਸ ਗੱਲ ਦੀ ਤੁਹਾਨੂੰ ਸਮਝਾਇਆ ਵੀ ਆ ਕਿ ਜੋੜਾਂ ਵਾਸਤੇ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਘਰ ਦੇ ਵਿੱਚੋਂ ਹੀ ਅਸੀਂ ਯੂਜ਼ ਕਰਕੇ ਉਹਦੀ ਪੂਰਤੀ ਕਰ ਸਕਦੇ ਆ ਸੋ ਤੁਸੀਂ ਹਮੇਸ਼ਾ ਜੁੜੇ ਰਹੋ ਇਸ ਸ਼ੋਅ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਅਸੀਂ ਸ਼ੂਗਰ ਦੇ ਉੱਤੇ ਗੱਲ ਕਰਾਂਗੇ ਸੋ ਦੇਖਦੇ ਰਹੋ ਸੁਭਾਸ਼ ਗੋਇਲ ਹੈਲਥ ਸ਼ੋ ਸਤਿ ਸ਼੍ਰੀ ਅਕਾਲ